ਇਹਨੇ ਪਿੱਲੀਏਟ ਲਾਉਣੀ ਸ਼ੁਰੂ ਕਰਤੀ। ਮੈਂ ਉਹਦੀ ਕਿਹਾ ਕਿ ਨਹੀਂ ਇਹ ਪਿੱਲੀਏਟ ਨਹੀਂ ਸਾਨੂੰ ਮਰਾ ਖਾਂਦੀ, ਅਸੀਂ ਅਬਲੇਟ ਦਾ ਜ਼ੋਰ ਲਾਇਆ। ਉਹ ਮਤਾ ਵੇਖੋ ਜੀ, ਮਤਾ ਪਾਇਆ ਸੀ 6000 ਹਿਸਾਬ ਨਾਲ। ਅੱਛਾ ਜੀ, ਇਹ ਉਦੋਂ 6000 ਰੇਟ ਸੀ ਅਬਲੇਟ ਦਾ ਮਤਾ ਪੈਂਦਾ ਸਰਕਾਰੀ ਜੀ, ਠੀਕ ਹੈ। ਅਤੇ 4200 ਵਾਲੀ ਇੱਟ ਅਬਲੇਟ ਲਿਆ ਕੇ ਲਾਈ ਇਹਨੇ, ਠੀਕ ਹੈ, ਜਿਹਨੂੰ ਬਿਲਕੁਲ ਘਟੀਆ, ਠੀਕ ਹੈ। ਉਹਨੂੰ ਕਿਤੇ ਲੈਬ 'ਚੋਂ ਟੈਸਟਡ ਹੋ ਜਾਏ, ਸਰਕਾਰੀ ਮਾਨਤਾ ਪ੍ਰਾਪਤ ਤੋਂ ਟੈਸਟਡ ਹੋ ਜਾਏ ਨਾ, ਤਾਂ ਸਭ ਕੋਲ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਨਜ਼ਰ ਆਜੂਗਾ। 18-1900 ਦਾ ਫਰਕ ਪੈ ਗਿਆ, ਅਤੇ 10 ਲੱਖ ਨੂੰ ਕਰ ਲਓ 18 ਲੱਖ ਰੁਪਇਆ ਲਾ ਲਓ, ਠੀਕ। ਜਿਹੜੀ ਜਿਹੜੇ ਲੱਗਦੇ ਨਾ, ਜਿਹੜੇ ਡੇਰਿਆਂ ਵਿੱਚ ਇੱਟਾਂ ਲੱਗਦੀਆਂ ਨੇ, ਉਹਦੇ ਵਿੱਚ ਮਨਰੇਗਾ ਦੀ ਲੇਬਰ ਵਰਤੀ ਜਾਂਦੀ ਆ। ਜਿਹੜੀ ਇੰਟਰਲੋਕ ਟਾਇਲ ਆ, ਉਹਦੇ ਵਿੱਚ ਥੱਲੇ ਜਿਹੜਾ ਸਿਰਫ ਭਾਲ ਜਾਂਦੀ ਨਾ, ਜਿਹੜੀ ਦਰਿਆ ਦੇ ਕੰਢੇ ਤੋਂ ਭਾਲ ਲਿਆਈਦੀ ਆ, ਉਹ ਪਾ ਕੇ ਸਿਰਫ ਲਾਤੀ ਗਈ, ਬਿਲਕੁਲ ਥੱਲੇ ਕੋਈ ਮਟੀਰੀਅਲ ਨਹੀਂ ਪਾਇਆ, ਰੇਤਾ ਨਹੀਂ ਵਰਤਿਆ, ਚੰਗੀ ਚੀਜ਼ ਨਹੀਂ ਵਰਤੀ, ਔਰ ਕਿਸੇ ਤਰ੍ਹਾਂ ਦਾ ਕੋਈ ਮਿਕਸਰ ਨਹੀਂ ਵਰਤਿਆ, ਚੰਗੀ ਤਰ੍ਹਾਂ ਕੋਈ ਨਹੀਂ ਲਾਇਆ। ਉਹਨੂੰ ਚੈੱਕ ਕਰਤਾ ਜਾਵੇ, ਤੁਹਾਨੂੰ ਸੁੱਧ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋਜੂਗਾ। 1,91,00,000 ਰੁਪਇਆ, ਠੀਕ ਹੈ, 1,91,00,000। ਹਾਂਜੀ, 1,91,05,000 ਰੁਪਏ, ਤੇ 25 ਲੱਖ ਰੁਪਇਆ ਪਿਛਲੇ ਸਰਪੰਚ ਦਾ, ਬਸ਼ੀਰ ਸਿੰਘ ਸਰਪੰਚ ਹੁੰਦੇ ਸੀਗੇ, ਉਹਨਾਂ ਦਾ ਬਕਾਇਆ ਪਿਆ ਸੀਗਾ ਗੰਦੇ ਨਾਲੀ ਦੇ ਵਿਕਾਸ ਵਾਸਤੇ, ਠੀਕ ਹੈ ਜੀ। ਉਹ ਵੀ ਵਿੱਚ ਪਾ ਜਾਂਦਾ, 2 ਕਰੋੜ ਤੋਂ ਪਲੱਸ ਬਣ ਜਾਂਦੇ, ਏਅਰਪੋਰਟ 2 ਕਰੋੜ ਤੋਂ ਪਲੱਸ ਹੀ ਹੋਣਾ, ਇਹ ਅਜੇ ਪੁਰਾਣੀ ਗ੍ਰਾਂਟ ਆ ਮੇਰੇ ਕੋਲ, ਠੀਕ ਹੈ, ਅਜੇ ਹੋਰ ਆਏ ਨੇ ਪੈਸੇ ਕਾਫੀ, ਠੀਕ ਹੈ, ਠੀਕ ਹੈ। ਦੇ ਵਿੱਚ ਗਲਤ ਬੰਦੇ ਪਾਏ ਗਏ ਆ, ਠੀਕ ਹੈ, ਉਹ ਜਿਹੜੇ ਕੰਮ ਨਹੀਂ ਕਰਦੇ, ਜੇ ਨਹੀਂ ਕਰਦੇ, ਘਰ ਬੈਠੇ ਤਨਖਾਹਾਂ ਲੈ ਰਹੇ ਆ, ਮੇਰੇ ਕੋਲ ਮੌਜੂਦ ਆ, ਠੀਕ ਹੈ, ਪੂਰੀ ਲਿਸਟ ਤੁਹਾਡੇ ਕੋਲ ਮੌਜੂਦ ਆ, ਮੌਜੂਦ ਆ ਜੀ, ਹਾਂਜੀ ਹਾਂਜੀ। ਇਹ ਬੰਦੇ ਇਹਦੇ ਬੜੇ ਖਾਸ ਨੇ, ਅਸ਼ਵਨੀ ਕੁਮਾਰ ਮਿੰਟਾ, ਠੀਕ ਹੈ, ਉਹਦਾ ਪਰਿਵਾਰ ਇੰਦਰਾ, ਠੀਕ ਹੈ ਇੰਦਰਾ ਜੀ, ਇੱਕ ਸੀਮਾ ਸੁਰੇਸ਼ ਕੁਮਾਰੀ, ਔਰ ਸਾਹਿਲ ਪੁੱਤਰ ਅਸ਼ਵਨੀ ਕੁਮਾਰ, ਇਹ ਹੈਗਾ ਜੀ ਇਸ ਟਾਈਮ ਇਟਲੀ ਵਿੱਚ, ਠੀਕ ਹੈ। 19 ਦੇ ਵਿੱਚ ਇਹਦਾ ਨਾਮ ਵਿੱਚ ਐਡ ਹੋਇਆ, ਵਿੱਚ 19 ਚ ਬਣ ਗਿਆ, ਇਹਦੇ ਕੋਲ ਪਾਵਰ ਆ ਗਈ, ਇਹਨੇ ਪਾਵਰ ਦਾ ਮਿਸਯੂਜ਼ ਕੀਤਾ, ਤੇ ਉਹ ਤੇ ਇਸ ਟਾਈਮ ਆਪਣਾ ਘਰ ਬਣਾ ਚੁੱਕਾ। ਅੱਛਾ, ਹਾਂਜੀ, ਵੱਲ ਗਿਆ ਥਾਂ ਜੀ, ਉਹ ਆਪਣੀ ਪਾਵਰ ਵਰਤੀ ਇਹਨੇ ਪੂਰੀ, ਠੀਕ ਹੈ ਜੀ। ਪੈਸਾ ਆਇਆ ਪਰ ਛੱਪੜ ਦੀ ਸਫਾਈ ਨਹੀਂ ਹੋਈ, ਉਹ ਵੀ ਤੁਹਾਨੂੰ ਦਿਖਾਵਾਂਗਾ ਜਾ ਕੇ ਮੈਂ। ਅੱਛਾ, ਤੇ ਪਤਾ ਨਹੀਂ ਪੈਸਾ ਕਿੱਥੇ ਚਲੇ ਗਿਆ, ਦੂਜੀ ਇਹਨੇ ਬਣਾਈ ਆ, ਤੇ ਬਣਾਇਆ ਵੀ ਅੱਧਾ, ਬਿੱਲ 'ਚ ਇਹਨੇ ਪੂਰਾ ਪਾਤਾ। ਅੱਛਾ, ਠੀਕ ਹੈ ਜੀ। ਉਹਦੀ ਵਿੱਚ ਇਨਕੁਆਇਰੀ ਹੋਵੇ, ਜਾਂਚ ਹੋਵੇ, ਤੇ ਕਲੀਅਰ ਹੋ ਜੂਗਾ ਵੀ ਇੱਕ ਸਾਈਡ ਹੀ ਨਾਲੇ ਦੀ ਬਣੀ ਗਈ ਆ। ਸਟੇਡੀਅਮ 6 ਲੱਖ ਰੁਪਇਆ ਪਾਸ ਹੋਇਆ ਸੀਗਾ ਵੀ ਸਟੇਡੀਅਮ ਵਾਸਤੇ, ਤੁਹਾਨੂੰ ਮੈਂ ਸਟੇਡੀਅਮ ਵਿਖਾਊਂਗਾ। ਸਿਰਫ ਇੱਕ ਬੇਸਮੈਂਟ ਪਹਿਲਾਂ ਬਣੀ ਸੀ, ਥੱਲਿਓਂ ਗਰਾਊਂਡ ਲੈਵਲ ਥੋੜਾ ਤਿਆਰ ਹੋਇਆ ਸੀ, ਸਿਰਫ 7-8 ਪਿੱਲਰ ਬਣੇ ਨੇ, ਇੱਕ ਲੈਂਟਰ ਪਿਆ, ਤੇ 6 ਲੱਖ ਖਤਮ। ਉਹ ਪੈਪ ਦਾ ਕੋਈ ਹਿਸਾਬ ਕਿਤਾਬ ਨਹੀਂ ਹੈ, ਪਤਾ ਨਹੀਂ ਕਿੰਨੇ ਟਰੱਕ ਨਿਕਲੇ ਆ ਤੇ ਉਹ ਕਿੱਥੇ ਚਲੇ ਗਿਆ, ਇਹ ਨਹੀਂ ਪਤਾ ਕਿਹੜੇ ਪੰਚਾਇਤ ਦੇ ਖਾਤੇ ਜਮ੍ਹਾਂ ਕਰਾਏ ਜਾਂ ਨਹੀਂ ਕਰਾਏ, ਇਹਦੇ ਬਾਰੇ ਮੈਨੂੰ ਪਤਾ ਨਹੀਂ, ਮੈਂ ਗਲਤ ਕਮੈਂਟ ਨਹੀਂ ਕਰਨਾ ਚਾਹੁੰਦਾ ਹੋਵੇ। ਦੂਸਰੀ ਗੱਲ, ਇਹ ਵੀਡੀਓ ਲੈਵਲ ਦੀ ਇਨਕੁਆਇਰੀ ਨਾ ਹੋਵੇ, ਕਿਉਂਕਿ ਇਹਦਾ ਵੀਡੀਓ ਨਾਲ ਸੈਕਟਰੀ ਨਾਲ ਥੋੜ੍ਹਾ ਜਿਹਾ ਹੁੰਦਾ, ਸੈਕਟਰੀ ਦਾ ਤਾਲਮੇਲ ਆ, ਕੋਈ ਅਧਿਕਾਰੀ ਆ ਆਪਸ ਵਿੱਚ ਬਣੀ ਬੁਣੀ ਹੁੰਦੀ ਥੋੜ੍ਹੀ ਬਹੁਤੀ, ਤੁਹਾਨੂੰ ਪਤਾ। ਤੇ ਆਹ ਡਿਪੂ ਹੋਲਡਰ ਦੇ ਮੇਰੇ ਕੋਲ ਪ੍ਰੂਫ ਆ, ਆਹ ਲੋਕ ਪਰਿਵਾਰ ਨੇ ਸਾਈਨ ਹੋਏ, ਜਿਨ੍ਹਾਂ ਦੀ ਉਹ ਕਣਕ ਖਾਂਦਾ, ਘੱਟ ਕਣਕ ਮਿਲਦੀ ਆ, ਪੂਰੀ ਕਣਕ ਨਹੀਂ ਮਿਲਦਾ ਸੀਗਾ, ਜਿਹਨੂੰ ਕਿਸੇ ਦੀ 5 ਦਿਨਾਂ ਦੀ ਕਣਕ ਆ ਉਹਨੂੰ 3 ਦੀ ਦੇਣੀ ਆ, ਪਰਚੀ ਪੂਰੀ ਕੱਟ ਲੈਣੀ ਆ, ਪਰਚੀ ਕੱਟ ਕੇ ਆਪਣੇ ਕੋਲ ਰੱਖ ਲੈਣੀ ਆ, ਤੇ ਪੈਨ ਦੇ ਨਾਲ ਲਿਖ ਕੇ ਦੇਣੀ ਆ। ਗੱਲ ਮੈਂ ਕਰਨ ਲੱਗਾ, ਇੱਕ ਬਬਲੂ ਠੇਕੇਦਾਰ ਨੇ ਕਿਹੜਾ 17 ਕਰੋੜ ਦਾ ਠੇਕਾ ਟੈਂਡਰ ਭਰਿਆ ਨਾ, ਪੁਆਇੰਟ ਨੋਟ ਕਰੋ, ਇਸ ਕਰਕੇ ਵੀ ਉਹਨਾਂ ਭਰ ਲਿਆ, ਪਾਣੀ ਦੀ ਸਮੱਸਿਆ ਹੱਲ ਕਰਾਂਗੇ। ਸਾਨੂੰ ਨਹੀਂ ਪਤਾ ਕੀ ਹੋਇਆ, ਸੀਵਰੇਜ ਭਰ ਗਏ ਆ, ਪੁੱਟ ਕੇ ਵੇਖ ਸਕਦੇ, ਲੋਕਾਂ ਦੇ ਘਰਾਂ 'ਚ ਪਾਣੀ ਵੜਨ ਦਿਆ ਵਾ, ਸਾਡੇ ਘਰ ਵੇਖੋ ਗੰਦਾ ਪਾਣੀ, ਲੈਟਰੀਨ ਦਾ ਪਾਣੀ ਸਾਡੇ ਘਰ ਜਾਂਦਾ, ਰੋਟੀ ਖਾਣ ਨੂੰ ਸਾਨੂੰ ਜਗ੍ਹਾ ਨਹੀਂ ਮਿਲਦੀ, ਉੱਥੇ ਬਦਬੂ ਫੈਲੀ ਆ, ਇਹ ਲੋਕ ਕੋਠੀਆਂ 'ਚ ਬੈਠੇ ਆ ਜੀ। ਸਾਡਾ ਰਸਤਾ ਬਹੁਤ ਜ਼ਿਆਦਾ ਖਰਾਬ, 2-3 ਸਾਲ ਹੋ ਗਿਆ ਜੀ ਭਾਅ ਜੀ ਰਸਤਾ ਖਰਾਬ ਨੂੰ, ਭਾਅ ਜੀ ਅਸੀਂ ਇੰਨੇ ਔਖੇ ਹਾਂ ਵੀ ਕੋਈ ਹਿਸਾਬ ਹੀ ਨਹੀਂ ਹੈਗਾ, ਠੀਕ ਹੈ ਜੀ। ਜਦੋਂ ਕੋਈ ਮਤਲਬ ਸਾਡੀਆਂ 20-20 ਲੱਖ ਦੀਆਂ ਗੱਡੀਆਂ ਸਾਡੇ ਘਰ ਖਲੋਤੀਆਂ, 2-2 ਸਾਲ ਹੋ ਗਏ, ਤੁਸੀਂ ਜਾ ਕੇ ਵੇਖ ਸਕਦੇ ਜੀ, ਠੀਕ ਹੈ ਨਾ। ਅਸੀਂ ਬਾਹਰ ਕੱਢ ਨਹੀਂ ਸਕਦੇ, ਜਿੱਦਣ ਨੂੰ ਬਾਹਰ ਕੱਢਣ, ਜਦੋਂ ਮੈਂ ਵੀ ਆਇਆ ਗਾ, ਜਦੋਂ ਪਹਿਲੇ ਗੇਅਰ 'ਚ ਹੁੰਦੀ ਆ, ਬੰਦਾ ਸੋਚਦਾ ਵੀ ਯਾਰ ਇਦੋਂ ਵੀ ਛੋਟਾ ਗੇਅਰ ਹੋਵੇ, ਹਾਂਜੀ ਹਾਂਜੀ, ਬਸ ਇਹੀ ਗੱਲ ਹੈ ਨਾ। ਮੰਨ ਲਓ ਜਦੋਂ ਮੀਂਹ ਹਟਦਾ ਵਾ, ਜਦੋਂ ਗੱਡੀ ਕੱਢਣ ਦੀ ਸਲਾਹ ਆਉਂਦੀ, ਅਗਲੇ ਦਿਨ ਮੀਂਹ ਫੇਰ ਪੈ ਜਾਂਦਾ, ਗੱਡੀਆਂ ਫੇਰ ਅੰਦਰ ਦੀਆਂ ਅੰਦਰ, ਭਾਅ ਜੀ ਬਹੁਤ ਜ਼ਿਆਦਾ ਤੰਗ ਆ। ਸਾਡੇ ਕੋਲ ਰਾਤ ਐਮਰਜੈਂਸੀ ਪੈ ਜਾਏ ਤਾਂ ਅਸੀਂ ਕੋਈ ਵੀ ਆਪਣੇ ਘਰੋਂ ਗੱਡੀ ਸਾਧਨ ਬਾਹਰ ਨਹੀਂ ਕੱਢ ਸਕਦੇ, ਕਿਉਂਕਿ ਅਸੀਂ 2-2 ਗੱਡੀਆਂ ਰੱਖੀਆਂ, ਇੱਕ ਘਰ ਰੱਖੀ ਆ, ਇੱਕ ਬਾਹਰ ਕਿਸੇ ਦੇ ਘਰ ਲਾ ਕੇ ਆਈ ਦੀ ਆ। 2 ਸਾਲ ਹੋ ਗਏ, 2.5 ਸਾਲ ਸਾਨੂੰ ਤੰਗੀ ਕੱਢਦੇ ਆ। ਜਿੰਨੀ ਸੜਕ ਹੈਗੀ ਸਾਰੀ ਇੱਟਾਂ ਦੀ ਸੜਕ ਬਣੀ ਸੀ, ਇੱਟਾਂ ਲੈ ਗਈਆਂ, ਸਾਰੀਆਂ ਇੱਟਾਂ ਚੁੱਕ ਕੇ ਲੈ ਗਏ ਆ, ਹਾਂਜੀ, ਘਰ ਨੂੰ ਹੀ ਉਹ ਵੀ ਇੱਟਾਂ ਵਾਲੀ ਸੜਕ ਬਣੀ ਸੀ, 20 ਫੁੱਟ ਚੌੜੀ, ਉਹ ਵੀ ਸਾਰੀਆਂ ਇੱਟਾਂ ਚੁੱਕ ਕੇ ਲੈ ਗਏ ਆ। 25% ਕੰਮ ਹੋਇਆ ਵਾ, 75% ਰਹਿਣ ਡਿਆ ਵਾ। ਜਿਹੜੇ ਗਲੀ ਦੇ ਵਿੱਚ ਤੁਸੀਂ ਖਲੋਤੇ ਸੀ, ਅਸੀਂ ਗਲੀ ਮੁਹੱਲੇ ਦੇ ਇਕੱਠੇ ਹੋ ਕੇ ਗਏ ਹਾਂ, ਸਾਨੂੰ ਜਵਾਬ ਇਹ ਦਿੱਤਾ ਗਿਆ ਵਾ ਵੀ ਸਮਾਨ ਮੈਂ ਦੇ ਦਿੰਦਾ ਵਾ, ਮਿਸਤਰੀ ਤੁਸੀਂ ਲਾਓ, ਮਜ਼ਦੂਰ ਤੁਸੀਂ ਲਾਓ, ਅਸੀਂ ਗਲੀ ਤੁਹਾਡੀ ਜ਼ਰੂਰ ਬਣਾਉਂਗਾ, ਪਰ ਮਿਸਤਰੀ ਵੀ ਤੁਸੀਂ ਲਾਓ, ਸਰਪੰਚ ਸਾਹਿਬ ਨੇ ਕਿਹਾ। ਮਿਸਤਰੀ ਤੁਸੀਂ ਲਾਓਗੇ, ਉਹਦੇ ਪੈਸੇ ਵੀ ਦਿਓਗਾ? ਨਾ ਜੀ ਨਾ, ਲੇਬਰ ਦੇ ਵੀ ਪੈਸੇ ਤੁਸੀਂ ਕੋਲੋਂ ਲਓ, ਬਲਾਰੇ ਪੁੱਤੇ ਮਾਰਦਾ ਵਾ ਪੈਸੇ ਕਿਤੇ, ਅਸੀਂ ਤੇ ਅਸੀਂ ਆਪਣਾ ਲੈ, ਸਾਨੂੰ ਮਾਸਟਾ ਦੇ, ਅਸੀਂ ਆਪਣਾ ਲੈ, ਅਸੀਂ ਆਪਣਾ ਲੈ। ਜਦੋਂ ਵੋਟਾਂ ਲੈਣੀਆਂ ਉਦੋਂ, ਹਾਂਜੀ ਭੈਣ ਜੀ, ਹਾਂਜੀ ਭੈਣ ਜੀ, ਬੁੱਢੀਆਂ ਤਾਂ ਮੁੜ ਕੇ ਕੋਈ ਆਵਾਜ਼ ਨਹੀਂ ਲੈਂਦਾ, ਵੇਖੋ ਗਲੀ 'ਚ ਕੋਈ ਹਾਲ ਹੈਗਾ ਕੋਈ, ਪੁੱਟ ਕੇ ਸਾਰਾ ਮਲਵਾ ਹੀ ਲੱਗ ਗਿਆ, ਪੁੱਟ ਕੇ ਇੱਡਾ ਇੱਥੇ ਲੱਗੀਆਂ, ਹੋਰ ਕਿੱਥੇ ਲੱਗੀਆਂ, ਆਹ ਜਿਹੜੀਆਂ ਕੋਠੀਆਂ ਪਾਈਆਂ, ਆਹੋ
ਸਾਡੀ ਤੇ ਸੁਣਦਾ ਕੋਈ ਨਹੀਂ ਆ खड़े जिला गुरदासपुर दे बटाला तहसील का पिंड हैगा घुमाण तो जिमें आप गल करते हूँ भी जे आप कही भी रिश्वतखोरी तो नशा कहें भी हड्डा के इस टाइम रचिया पाया पंजाब के नॉर्मली आप बहुत कुछ देख देंगे पिछे जे भी आप एक वीडियो अपलोड करी सी चिट्टे वाला मसला तुम्हें दिखाया सीगा तो इस पिंड की गलबात हुई हैगी भी ग्रांट आई सी काफ़ी वड्डी तो जिहड़ा खर्चा होया वो मान लो भी कागजां दे विच होया हाल थोड़े सामने आगा जो भी कुछ मतलब पिंड दे विच किन्ना के विकास होया वो तुसी वेख सकदे होगे चारे पासे ठीक है तो इत्थे आपां गलबात सारिआं नाल करांगे तो साडे नाल बाई होरी मौजूद रहेंगे जिन्हां कोले ऑन रिकॉर्ड ये सारी वह कहिंदे भी गलबात असीं कर रहे हां बई सति श्री अकाल जी सति श्री अकाल जी सारिआं नूं सति श्री अकाल जी अच्छा भाजी मैं ना ये सरपंच साहब का ही मैंबर पंचायत हाँ जदों आपां जिते इकट्ठे इलैक्शन दित्ते सीगे जी सिर्फ साढ़े च थोड़ा यह होया भी ये थोड़ा करप्शन के वल ध्यान हो गया था सरपंच का अं करप्शन का हिस्सा नहीं बनना चाहते जी ठीक है सब तो पहला इनू डेरिया वास्ते रस्तियां वास्ते ग्रांट आई ठीक है जी तो इन्हें पिल्ली हट लाउणी शुरू करती मैं उहदी कहा कि नहीं ये पिल्ली हट नहीं सानू मरा खांदी ਅਸੀਂ ਅੱਬਲ ਇੱਟ ਦਾ ਜ਼ੋਰ ਲਾਇਆ ਕਿਉਂਕਿ ਇੱਕ ਪੈਸੇ ਇੱਕ ਵਾਰੀ ਆਉਣੇ ਹੁੰਦੇ ਨੇਗੇ ਵੀ ਬਾਰ ਬਾਰ ਆਪਾਂ ਉਹ ਕੰਮ ਨਹੀਂ ਕਰ ਸਕਦੇ ਕੁਆਲਿਟੀ ਨਹੀਂ ਮੇਨਟੇਨ ਹੋਣੀ ਅੱਛਾ ਉਹ ਮਤਾ ਵੇਖੋ ਜੀ ਮਤਾ ਪਾਇਆ ਸੀ 6000 ਹਿਸਾਬ ਨਾਲ ਅੱਛਾ ਜੀ ਇਹ ਉਦੋਂ 6000 ਰੇਟ ਸੀ ਅੱਬਲ ਇੱਟ ਦਾ ਮਤਾ ਪੈਂਦਾ ਸਰਕਾਰੀ ਜੀ ਠੀਕ ਹੈ ਤੇ 4200 ਵਾਲੀ ਇੱਟ ਅੱਬਲ ਇੱਟ ਲਿਆ ਕੇ ਲਾਈ ਇਹਨੇ ਠੀਕ ਹੈ ਜਿਹਨੂੰ ਇਹ ਬਿਲਕੁਲ ਘਟੀਆ ਠੀਕ ਹੈ ਉਹਨੂੰ ਕਿਤੇ ਲੈਬ 'ਚੋਂ ਟੈਸਟਡ ਹੋ ਜਾਏ ਸਰਕਾਰੀ ਮਾਨਤਾ ਪ੍ਰਾਪਤ ਤੋਂ ਟੈਸਟਡ ਹੋ ਜਾਏ ਨਾ ਤਾਂ ਸਭ ਕੋਈ ਦੁੱਧ ਦੁੱਧ ਪਾਣੀ ਦਾ ਪਾਣੀ ਨਜ਼ਰ ਆਜੂਗਾ ਬਿਲਕੁਲ ਠੀਕ ਹੈ ਜੀ ਇਹ ਕਹਿੰਦਾ ਕਿ ਮੈਂ 10 ਲੱਖ ਰੁਪਏ 10 ਲੱਖ ਇੱਟ ਲਾ ਚੁੱਕਾ ਹੁਣ ਤੱਕ ਇਹਦੇ ਵਿੱਚ ਹਿਸਾਬ ਲਾਇਆ ਤਾਂ 18 ਲੱਖ ਰੁਪਏ ਦਾ ਕਬਲਾ ਨਿਕਲੂਗਾ ਜੇ ਕੋਈ 4200 ਲੱਖ ਰੁਪਏ ਦਾ ਹਾਂਜੀ ਸਿਰਫ ਇੱਕ ਕੰਮ ਦੇ ਵਿੱਚ ਕਿਉਂਕਿ 4200 ਨੂੰ ਇੱਟ ਵਾ ਜਿਹੜੀ ਪਿੱਲੀ ਇੱਟ ਜਿਹੜੀ ਲਾਈ ਗਈ ਆ ਠੀਕ ਹੈ ਤੇ ਮਤਾ ਪਿਆ ਵਾ 6000 ਹਿਸਾਬ ਨਾਲ ਅੱਬਲ ਇੱਟ ਦਾ ਠੀਕ ਹੈ ਤਾਂ 1000 ਇੱਟ ਪਿੱਛੇ ਆਪਾਂ ਕਹਦੇ ਵੀ 18-1900 ਦਾ ਫਰਕ 18-1900 ਦਾ ਫਰਕ ਪੈ ਗਿਆ ਤੇ 10 ਲੱਖ ਨੂੰ ਕਰ ਲਓ 18 ਲੱਖ ਰੁਪਏ ਲਾ ਲਓ ਠੀਕ ਹੈ ਫਿਰ ਇਹ ਕੀ ਕਰਦਾ ਵਾ ਕਿ ਮਤੇ ਜਿਹੜੇ ਆ ਖਾਲੀ ਜਗ੍ਹਾ ਛੱਡ ਕੇ ਸਾਈਨ ਕਰਾਉਂਦਾ ਵਾ ਮੈਂਬਰਾਂ ਨੂੰ ਗੁੰਮਰਾਹ ਕਰਕੇ ਠੀਕ ਹੈ ਉਹਦੇ ਵਿੱਚ ਕੋਈ ਆਖੋ ਜਿਹੜਾ ਸੈਕਟਰੀ ਸੁਖਦੀਪ ਆ ਇਹਦੇ ਵਿੱਚ ਸ਼ਾਮਲ ਆ ਬਿਲਕੁਲ ਠੀਕ ਹੈ ਇਹਦੀ ਕਰਪਸ਼ਨ ਦਾ ਹਿੱਸਾ ਵਾ ਇੱਕ ਉਹ ਤੋਂ ਬਗੈਰ ਕੰਮ ਨਹੀਂ ਚੱਲਦਾ ਜੀ ਸੈਕਟਰੀ ਵਿੱਚ ਨਾਲ ਘਪਲਾ ਕਰਦਾ ਵਾ ਉਸ ਤੋਂ ਬਾਅਦ ਲੇਬਰ ਦੀ ਜਗ੍ਹਾ ਖਾਲੀ ਛੱਡਦਾ ਵਾ ਜਿਹੜੇ ਲੱਗਦੇ ਨਾ ਜਿਹੜੇ ਡੇਰਿਆਂ ਵਿੱਚ ਇੱਟਾਂ ਲੱਗਦੀਆਂ ਨੇ ਉਹਦੇ ਵਿੱਚ ਮਨਰੇਗਾ ਦੀ ਲੇਬਰ ਵਰਤੀ ਜਾਂਦੀ ਆ ਜਦਕਿ ਲੇਬਰ ਦੂਜੀ ਬਾਹਰੋਂ ਆਉਣੀ ਚਾਹੀਦੀ ਆ ਇਹ ਮਨਰੇਗਾ ਦੀ ਵਰਤਦਾ ਆ ਓਕੇ ਠੀਕ ਹੈ ਮਨਰੇਗਾ ਇਹ ਆਪਣਾ ਡੇਰੇ ਰਸਤੇ ਵਾਸਤੇ ਨਹੀਂ ਹੈਗੀ ਮਨਰੇਗਾ ਹੈਗੀ ਹੈਗੀ ਪੰਚਾਇਤੀ ਕੰਮ ਕੋਈ ਜਾਂ ਪਿੰਡ ਦੇ ਕੰਮ ਸਫਾਈ ਵਾਸਤੇ ਹਾਂਜੀ ਹਾਂਜੀ ਠੀਕ ਹੈ ਉਸ ਤੋਂ ਬਾਅਦ ਆ ਗਈ ਇੰਟਰਲੋਕ ਟਾਇਲ ਜੀ ਠੀਕ ਹੈ ਜਿਹੜੀ ਇੰਟਰਲੋਕ ਟਾਇਲ ਆ ਉਹਦੇ ਵਿੱਚ ਥੱਲੇ ਜਿਹੜਾ ਸਿਰਫ ਭਾਲ ਜਿੰਦੀ ਜਿਹੜੀ ਜਿਹੜੀ ਦਰਿਆ ਦੇ ਕੰਢੇ ਤੋਂ ਭਾਲ ਲਿਆਈਦੀ ਆ ਉਹ ਪਾ ਕੇ ਸਿਰਫ ਲਾਤੀ ਗਈ ਬਿਲਕੁਲ ਥੱਲੇ ਕੋਈ ਮਟੀਰੀਅਲ ਨਹੀਂ ਪਾਇਆ ਰੇਤਾ ਨਹੀਂ ਵਰਤਿਆ ਚੰਗੀ ਚੀਜ਼ ਨਹੀਂ ਵਰਤੀ ਔਰ ਕੋਈ ਇਸ ਤਰ੍ਹਾਂ ਦਾ ਕੋਈ ਮਿਕਸਰ ਨਹੀਂ ਵਰਤਿਆ ਚੰਗੀ ਤਰ੍ਹਾਂ ਕੋਈ ਇਸ ਨਹੀਂ ਲਾਇਆ ਉਹਨੂੰ ਚੈੱਕ ਕਰਤਾ ਜਾਵੇ ਤੁਹਾਨੂੰ ਸੋ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਤੇ ਗਲੀਆਂ ਵੀ ਗਲੀਆਂ ਬਹੁਤ ਨਾ ਮਾਤਰ 25% ਬਣੀਆਂ 75% ਤੁਹਾਨੂੰ ਮੈਂ ਸਾਰੇ ਪਿੰਡ ਦਾ ਵੇਰਵਾ ਦਿਖਾਊਂਗਾ ਤੁਹਾਨੂੰ ਮੈਂ 75% ਖਾਲੀ ਪਿਆ ਆ ਬਿਲਕੁਲ ਸੁੰਨਾ ਪਿਆ ਗਰਾਂਡਾਂ ਤੋਂ ਵਾਂਝਾ ਪਿਆ ਤੇ ਗਰਾਂਡ ਦਾ ਟੋਟਲ ਵੇਰਵਾ ਮੇਰੇ ਕੋਲ ਇਸ ਟਾਈਮ ਮੌਜੂਦ ਆ 1,91,00,000 ਤੇ 5,000 ਰੁਪਇਆ ਠੀਕ ਹੈ 1,91,00,000 ਹਾਂਜੀ 1,71,00,000 ਸੋਰੀ 1,71,90,000 ₹5 ਰੁਪਏ ਤੇ 25 ਲੱਖ ਰੁਪਇਆ ਪਿਛਲੇ ਸਰਪੰਚ ਦਾ ਬਸ਼ੀਰ ਸਿੰਘ ਸਰਪੰਚ ਹੁੰਦੇ ਸੀਗੇ ਉਹਨਾਂ ਦਾ ਬਕਾਇਆ ਪਿਆ ਸੀਗਾ ਗੰਦੇ ਨਾਲੀ ਦੇ ਵਿਕਾਸ ਵਾਸਤੇ ਠੀਕ ਹੈ ਜੀ ਉਹ ਵੀ ਵਿੱਚ ਪਾ ਜਾਂਦਾ 2 ਕਰੋੜ ਤੋਂ ਪਲੱਸ ਬਣ ਜਾਂਦੇ ਏਅਰਪੋਰਟ 2 ਕਰੋੜ ਤੋਂ ਪਲੱਸ ਹੀ ਹੋਣਾ ਇਹ ਅਜੇ ਪੁਰਾਣੀ ਗ੍ਰਾਂਟ ਹੈ ਮੇਰੇ ਕੋਲ ਠੀਕ ਹੈ ਅਜੇ ਹੋਰ ਆਏ ਨੇ ਪੈਸੇ ਕਾਫੀ ਠੀਕ ਹੈ ਠੀਕ ਹੈ ਤੇ ਮੈਨੂੰ ਉਹਦੇ 2 ਕਰੋੜ ਦੇ ਵਿੱਚ ਕੋਈ ਡਿਵੈਲਪਮੈਂਟ ਨਜ਼ਰ ਨਹੀਂ ਆਈ ਅਜੇ ਤੱਕ ਵੀ ਕਿੰਨੀ 75% ਪਿੰਡ ਮੈਂ ਤੁਹਾਨੂੰ ਡਿਵੈਲਪਮੈਂਟ ਤਾਂ ਚਲੋ ਪਈ ਹੋਈ ਆ ਹਾਂਜੀ ਅਜੇ ਹੋਰ ਵੀ 4-5 ਮਹੱਲੇ ਨੇ ਤੁਹਾਨੂੰ ਦਿਖਾਉਣੇ ਆ ਲੈ ਕੇ ਜਾਊਂਗਾ ਮੈਂ 75% ਡਿਵੈਲਪਮੈਂਟ ਜਿਹੜੀ ਨਹੀਂ ਅਧੂਰੀ ਰਹਿ ਗਈ ਆ ਠੀਕ ਹੈ ਜੀ ਉਸ ਤੋਂ ਬਾਅਦ ਜੀ ਮਨਰੇਗਾ ਦੇ ਵਿੱਚ ਗਲਤ ਬੰਦੇ ਪਾਏ ਗਏ ਨੇ ਆਪਾਂ ਫੋਨ ਸਾਇਲੈਂਟ ਕਰ ਆਪਾਂ ਆਰਾਮ ਨਾਲ ਗੱਲ ਕਰਦੇ ਆ ਸਾਰੀ ਕਿਉਂਕਿ ਆਪਾਂ ਡਿਟੇਲ ਦੇ ਵਿੱਚ ਇਹ ਜਿਹੜੀ ਗੱਲਬਾਤ ਹੈਗੀ ਦਿਖਾਉਣੀ ਆ ਮਨਰੇਗਾ ਦੇ ਵਿੱਚ ਗਲਤ ਬੰਦੇ ਪਾਏ ਗਏ ਆ ਠੀਕ ਆ ਉਹ ਮਤਲਬ ਜਿਹੜੇ ਕੰਮ ਨਹੀਂ ਕਰਦੇ ਜੇ ਨਹੀਂ ਕਰਦੇ ਘਰ ਬੈਠੇ ਤਨਖਾਹਾਂ ਲੈ ਰਹੇ ਮੇਰੇ ਕੋਲ ਮੌਜੂਦ ਆ ਠੀਕ ਆ ਪੂਰੀ ਲਿਸਟ ਤੁਹਾਡੇ ਕੋਲੇ ਮੌਜੂਦ ਆ ਮੌਜੂਦ ਆ ਜੀ ਹਾਂਜੀ ਹਾਂਜੀ ਇਹ ਬੰਦੇ ਇਹਦੇ ਬੜੇ ਖਾਸ ਨੇ ਅਸ਼ਵਨੀ ਕੁਮਾਰ ਮਿੰਟਾ ਠੀਕ ਆ ਉਹਦਾ ਪਰਿਵਾਰ ਇੰਦਰਾ ਠੀਕ ਹੈ ਇੰਦਰਾ ਜੀ ਇੱਕ ਸੀਮਾ ਸ਼੍ਰੇਸ਼ ਕੁਮਾਰੀ ਔਰ ਸਾਹਿਲ ਪੁੱਤਰ ਅਸ਼ਵਨੀ ਕੁਮਾਰ ਇਹ ਹੈਗਾ ਜੀ ਇਸ ਟਾਈਮ ਇਟਲੀ ਦੇ ਵਿੱਚ ਅੱਛਾ ਠੀਕ ਹੈ 19 ਦੇ ਵਿੱਚ ਇਹਦਾ ਨਾਮ ਵਿੱਚ ਐਡ ਹੋਇਆ ਵਿੱਚ 19 ਜੀ ਇਹ ਬਾਹਰ ਚਲ ਗਿਆ ਇਹ ਹੁਣ ਕਨਫਰਮ ਕਰੂਗਾ ਡਿਪਾਰਟਮੈਂਟ ਵੀ ਇਹਦੇ ਪੈਸੇ ਅਕਾਊਂਟ 'ਚ ਪਏ ਕਿ ਨਹੀਂ ਪਏ ਨਾਂ ਤੇ ਇਹਦੇ ਵਿੱਚ ਮੌਜੂਦ ਨੇ ਠੀਕ ਹੈ ਨਾਂ ਦੇ ਵਿੱਚ ਮੌਜੂਦ ਨੇ ਉਸ ਤੋਂ ਬਾਅਦ ਇਹੋ ਬੰਦੇ 2020 ਦੇ ਵਿੱਚ ਨਜਾਇਜ਼ ਕਬਜ਼ਾ ਕਰ ਰਹੇ ਸੀ 2020 ਦੇ ਵਿੱਚ
मैं यदि मंग चुकी भी मैं मैंबर पंचायत होने के नाते कि यह पंचायती जमीन वली ना जाए ठीक है पंचायती प्रॉपर्टी है बाजे जिन्हें एक मानू खोरा लगता बाजे है ना जी मैंबर होने के नाते मेरा फर्ज बनता पंचायती जमीन रोकना भी कब्जा ठीक है जी मैं वह जो है कि मेरा बनता ही लीगली अधिकार मैं सीएम साहब न मेल की उस तो बाद डी डी पी ओ साहब मेल की मैं उस तो बाद मैं उस दिन तृप्त रजिंद्र बाजवा जी मिनिस्टर सके पंचायत के उन्होंने मेल की और मैं डी सी साहब की उस तो बाद एक्शन आ गया ठीक है एक मैं कोर्ट च केस भी किया यो मैं नरेंद्र सिंह सरपंच बाय नेम रखिया उस तो बाद मैं अश्विनी कुमार सुदेश कुमार रमेश कुमार सारे मैं ना रखे बिच ठीक है जी उस तो बाद एक एक्शन आया जी बी डी पी ओ साहब वालों वो जगह न कब्जे में रोकने वास्ते आ 14 तरीक न मेरे ते अपना आ गया भी रोक दिता जाए नजायज कब्जा रोकया जाए ठीक है जी फिर मैंने मेरे से प्रैशर बना बिल्ड करता इन्होंने इन्होंने मेरे से धमकियां देनी शुरू कर दी कि तेरे परचा करा देंगे जो तो मैं नहीं मनिया कंप्लेट नहीं वापस लई तो 15 तरीक न जुलाई में मेरे से एफ आई आर दर्ज करती गई सरासर झूठी या पिंड वाले गवाह ने ठीक है सरासर झूठी क्योंकि मेरा कोई जद्दी जाति दुश्मनी नहीं उसके हैगी सिर्फ एक पंचायत की प्रॉपर्टी जे मैं मान लो ये पंचायत की प्रॉपर्टी बजती है सिर्फ पंचायत की ही बजती है गवर्नमेंट की बजती मेरा कुछ नहीं है मेरे घर ना घर नहीं लगता ठीक है मेरा घर अड्डे से है जी तो यह बेचा जी है तो मेरा कोई रोल नहीं जे पंचायत की प्रॉपर्टी बजती दोष की लगाए गए दोष मेरे तो लाया गया भी मैं वैपन दिखाया ठीक है इन पता लाइसेंस वैपन है मेरे को इन्हें कहा मेरे तो वैपन लगाया तो जोड़ा है वो जो जिन्हें कब्जा किया उन्हें कहा कि एक ने मेरे घर च मारती जी कि लाते माड़ी जी गिटे दे आपे लालू के इन्होंने टक टुक माड़ा मोटा ला के बनाती ठीक है जी तो यह भी सियासी भेट चढ़िया उस तो बाद जी अगे आ गया ये घर का कब्जा घर के सामने 1997 कंप्लेन की गई ही सरपंच के खिलाफ ठीक है 1997 भी घर के जगह खाली पई सी वह शाम जगह सी खुली छड़ी सी ये वड़न की कोशिश की इन्हें 1997 उदो सरपंच नहीं है ठीक है कंप्लेन की उस तो बाद सरपंच कुलवंत भीर है वाड़िया तो सरपंच ही मौजूदा उदो वाड़े पत्ती इकट्ठे से उन्होंने कंप्लेन की वह फैसला होया भी यह निजी कब्जा किसी का नहीं रहेगा सारी सांझी जमीन है सांझे पिंड के कामों वास्ते पिंड की गली वास्ते जो निजी काम वास्ते नहीं सांझी जमीन वरती जाऊगी तो इदा ही उपर ए नरेंद्र कुमार का कोई हक नहीं होएगा ये आह तो बाद फैसला होया तो नरेंद्र कुमार ने मनिया भी मैं मेरा ए कोई तलुकात नहीं है ठीक है यह मैं छड़ दी जमीन ठीक है जी इतने कोई तलुकात नहीं आज प्रूफ आ उस तो बाद मता जरा पा के सरपंच साहब ने कुलवंतबीर जी ने रजिस्टर कराया उदो अधिकारी पंच तरसेम सिंह ने मता पा के 8 नंबर मते दे मता नंबर कार रजिस्टर से दर्ज आ ठीक है जी तो यह अज जो पंचायत में जो सरपंच बन गया ये को पावर आ गई इन्हें पावर का मिसयूज किया तो उसे इस टाइम अपना घर बना चुका अच्छा हाँ जी वल गया थान जी अपनी पावर वरती इन्हें पूरी ठीक है जी उस तो बाद जी इन्हें मिट्टी पटाई है जी पंचायती जमीन के मिट्टी पटाई आ एक लखा करोड़ों रुपये की जगह आ पानी आप कितने होर भी सुट सकते हैं ठीक है इन्हें मिट्टी पटाती गई वो इस टाइम तुम दिखावगा मैं सारी जी ठीक है जी एक सेकंड अच्छा जी उस तो बाद जी छप्पड़ की सफाई होता हर साल पैसा आता जो हर पिंड आता जो बारिश तो पहला पानी आता है ना भी जो जो सवेरे का पानी जो खराब ना हो बैक घर ना आए वह सफाई वास्ते देखो पैसा आया पर छप्पड़ की सफाई नहीं हुई वह भी तुम दिखावा जाके मैं अच्छा तो पता नहीं पैसा कितने चले गया लाया ज नहीं लाया की पता की बिल च शो किया इन्हें यही पता मैं एक बिल्कुल सफाई नहीं हुई है पिंड वाले गवाह आ कोई सफाई नहीं छप्पड़ की हुई इस टाइम सीवरेज का जो पानी है वह सारा बैक लोगों के घर आ रहा अच्छा ओवर हो गया छप्पड़ जी ठीक है इन्हें कोई तैयार किया गया पहला नाला ऑलरेडी है तो थोड़ा पानी वध निकलता वड्डा करना एक साइड उधर रहन थी दूजी इन्हें बनाई है तो बनाया भी अद्धा बिल च इन्हें पूरा पाता ठीक है जी ਉਹਦੀ ਵੀ ਇਨਕੁਆਇਰੀ ਹੋਵੇ ਜਾਂਚ ਹੋਵੇ ਤੇ ਕਲੀਅਰ ਹੋ ਜਾਊਗਾ ਵੀ ਇੱਕ ਸਾਈਡ ਹੀ ਨਾਲੇ ਦੀ ਬਣੀ ਗਈ ਆ ਦੂਜੀਆਂ ਜਿਹੜੀਆਂ ਗਲੀਆਂ ਜਿਹੜੀਆਂ ਪੁੱਟੀਆਂ ਵਾ ਆਹ ਗਲੀਆਂ ਨੇ ਪੁੱਟੀਆਂ ਇੱਥੇ ਇੱਟਾਂ ਲੱਗੀਆਂ ਸੀਗੀਆਂ ਸਾਰੀ ਇੱਟ ਦੀ ਗਲੀ ਬਣੀ ਹੋਈ ਸੀ ਇੱਦਾਂ ਅਸੀਂ ਮਤਲਬ ਆਲਰੇਡੀ ਇੱਟ ਲੱਗੀ ਹੋਈ ਸੀ ਲੱਗੀ ਸੀ ਪਹਿਲਾਂ ਪੁਰਾਣੀ ਇੱਟ ਲੱਗੀ ਹੋਈ ਸੀ ਠੀਕ ਹੈ ਹੁਣ ਇਹ ਵੇਖੋ ਵੀ ਇੱਥੇ ਇੱਟ ਦਾ ਨਾਮੋ ਨਿਸ਼ਾਨ ਨਹੀਂ ਹੈਗਾ ਇੱਟ ਨੂੰ ਜ਼ਮੀਨ ਖਾ ਗਈ ਜਾਂ ਸਮਾਨ ਨਿਕਲ ਗਿਆ ਕਿੱਥੇ ਚਲ ਗਿਆ ਸਰਪੰਚ ਲੈ ਗਿਆ ਕੀ ਕਰ ਗਿਆ ਇਹ ਨਹੀਂ ਪਤਾ ਕੀ ਕੀਤਾ ਇਹ ਤੁਹਾਨੂੰ ਇੱਥੋਂ ਲੋਕ ਹੀ ਦੱਸ ਸਕਦੇ ਆ ਵੀ ਇੱਟ ਕਿੱਥੇ ਗਈ ਠੀਕ ਹੈ ਜੀ ਕੌਣ ਚੁੱਕ ਕੇ ਲੈ ਗਿਆ ਠੀਕ ਹੈ ਉਸ ਤੋਂ ਬਾਅਦ ਸਟੇਡੀਅਮ ਘੁਮਾਉਣ ਦਾ ਸਟੇਡੀਅਮ 6 ਲੱਖ ਰੁਪਇਆ ਪਾਸ ਹੋਇਆ ਸੀਗਾ ਵੀ ਸਟੇਡੀਅਮ ਵਾਸਤੇ ਤੁਹਾਨੂੰ ਮੈਂ ਸਟੇਡੀਅਮ ਵਿਖਾਊਂਗਾ ਸਿਰਫ ਇੱਕ ਬੇਸਮੈਂਟ ਪਹਿਲਾਂ ਬਣੀ ਸੀ ਥੱਲਿਓ ਗਰਾਊਂਡ ਲੈਵਲ ਥੋੜ੍ਹਾ ਤਿਆਰ ਹੋਇਆ ਸੀ ਸਿਰਫ 7-8 ਪਿੱਲਰ ਬਣੇ ਨੇ 1 ਲੈਂਟਰ ਰੁਪਇਆ ਅਤੇ 6 ਲੱਖ ਖਤਮ ਅੱਛਾ ਹਾਂ ਅਤੇ ਉਹਦੇ ਵਿੱਚ ਵੀ ਇੱਕ ਅਬਲਿਟ ਦਾ ਕਾਲਬ ਕੀਤਾ ਗਿਆ ਸੀਗਾ ਕੋਈ 9500 ਇੱਟ ਹੀ ਉਹ ਕਾਲਬ ਕੀਤਾ ਗਿਆ ਉਹ ਇੱਟ ਦਾ ਅਜੇ ਤੱਕ ਪਤਾ ਨਹੀਂ ਵੀ 9500 ਅਬਲ ਇੱਟ ਕਿੱਥੇ ਗਈ ਆ ਜਿਹੜੀ ਉੱਥੇ ਕਾਲਬ ਕੀਤਾ ਸੀਗਾ ਠੀਕ ਹੈ ਉਸ ਤੋਂ ਬਾਅਦ ਜੀ ਜਿਹੜੇ
लोहे के पैप निकले आ तो जो आप सीवरेज की पटाई की ना लोहे के पैप निकले वाटर सप्लाई वाले वे पैप होंगे डेगी वो पैप का कोई हिसाब किताब नहीं है पता नहीं किन्ने ट्रक निकले आते कितने चले गए यह नहीं पता कि पंचायत के खाते जमा कराए या नहीं कराए ये बारे मैं पता नहीं मैं गलत कमेंट नहीं करना चाहता जी ठीक है जी तो यह अं चाहते हैं प्रशासन अगर भी बेनती है भी जिन्हें भी मतलब हुए ने हाँ जी जिन्हें भी हुए ना यदि इंक्वायरी हो निरपक्ष जांच हो इटा की जी वो घट्टो घट्ट विजिलेंस इंक्वायरी हो आई एस अधिकारी इंक्वायरी करे तो पिंड वासियों को शामिल किया जाए तो इंक्वायरी चंगी तरह हो सके इंक्वायरी तो बाद सारा कुछ लोगों सामने सामने जनतक हो दूसरी गल वीडियो लैवल की इंक्वायरी ना हो क्योंकि यदा वीडियो ना सैकटरी ना थोड़ा जहाँ सैकटरी का तालमेल आ कोई अधिकारी आ आपस में बनी बुनी होंगी थोड़ी बहुत तुम्हें पता तो कर कुर जाते तो ये पा जाते हैं सबको इंक्वायरियां झूठिया जो हम पिछले जी मैं कंप्लेन पाई आदिया मैं कंप्लेन आज मत दी मैं कंप्लेन जीडिया वा पहला कांग्रेस सरकार भी काफ़ी पा चुका वा हूँ मैं कंप्लेन जी राइट नाउ डेढ़ घंटे डेढ़ महीना पहला कंप्लेन पाई मैं सीएम साहब न दूजी कंप्लेन पाई मैं चीफ सैकटरी जी जीमा सीमा जैन जी है पंचायत विभाग दी है ना एक उन्होंने पाई है एक मैं पाई डायरेक्टर साहब न एक मैं पाई जी विजिलेंस विभाग में पाई है ठीक है अजे डेढ़ महीना हो गया अजे तक कोई हो ही नहीं है रिस्पोंस अजे तक किसी तरह का कोई रिस्पोंस नहीं आया और मैं सोचता मैं ना बड़ी आस ही भी मान सरकार बहुत ईमानदार सरकार आई है ठीक है ईमानदार सरकार आई है सानू बड़ी आस ही भी खरी उतरूगी खरी उतरूगी तो हूँ ही मैं आस नहीं छड़ता अजे टाइम थोड़ा आया बेचारे आया तो एकदम तो कुछ भी नहीं होंगे हल पर मैं चाहना भी ईमानदार सरकार अपनी आसा से खरी उतरे ठीक है जी लोगों आसा ने इस चीज ने बदला लिया बदला ही वोट क्यों भाई आस ही भी ईमानदार सरकार बदला चाहिए ठीक है तो हूँ तेरे सामने प्रूफ सारे जनतक है एक निरपक्ष जांच हो जाए तो सब को क्लीयर हो जाए भी कितने पैसा आया कितने गया कि डिवेलपमेंट हुई है तो पिंड का ये ना बाबा नामदेव नगरी बड़ी पुरानी है तीन चार महापुरुषों की धरती है तो बड़ा तगड़ा पिंड है तो मतलब कि सारा पिंड खोरा लगा पंचायती जमीन के कब्जे मतलब कि बहुत ज्यादा हो चुके हैं तो पंचायती जमीन छुड़वाने वास्ते सरकार के वालों भी हुण हुक्म होए सीगे हुक्म आए पर इन्होंने अपनी जो फॉर्मैलिटी बांधी सरपंच की वह नहीं इन्हें की अच्छा इन्हें एक भी कंप्लेन एक जिन्हें उन्हें कंप्लेन की होगी जी कोई लागतबाजी होगी वो कंप्लेन करती है ठीक है अदरवाइज जो नॉर्मल कंप्लेन करे यदा फर्ज बनता है एक रखवाला आया पिंड का सरपंच रखवाला होंगे बिल्कुल भी पंचायती जमीन कोई सरकारी प्रॉपर्टी ना बढ़ सके देखो जो हौली हौली खत्म होगी पंचायती जमीन तो फिर प्रॉपर्टी कड़ी रह गई पिंड को ठीक है जी तो इन्हें रोकना बनता ठीक है इन्हें किसी को रोकया नहीं अपनी जो फर्जा नहीं निभाया अश्विनी गर मिंटे से भी इन्हें कोई कार्रवाई नहीं की इन्हें कार्रवाई पता क्यों की जो मैं कंप्लेन कर दी जो बी डी वालों आर्डर आ गए उस तो बाद 20 दिन बाद अपन लत्तां केस चो कढ़न वास्ते एक फॉर्मैलिटी केस करता ओके जे इतना इन्नी वो अणबण सी उन्होंने केस करता वो बच्चे के टब्बर के मनरेगा के ना क्यों पाए गए ठीक है जी वो ना तो अश्विनी कुमार के ना तो चैक कटे जाते हैं ठीक है भी उन्होंने ठेकेदार बनाया हुआ जबकि वह ना ठेके एक डिपू होल्डर आ और सिर्फ एक डिपू होल्डर ही करप्ट आ डिपू होल्डर के मेरे को प्रूफ है आ लोग परिवार ने साइन हुए जिन्हें जो कणक खाँदा घट कणक मिलती है पूरी कणक नहीं मिलता है जिन्होंने किसी की पांच दिन की कणक उन्होंने तिना की देनी है परची पूरी कट लेनी है परची कट के अपने को रख लेनी है तो पेन के नाल लिख के देनी है ठीक है और दिखाने भी नहीं है पर ये लोग बेचारे अनपढ़ लोग है दिहाड़ी मजदूर करने वाले तो उन्होंने आई है कुछ पढ़े लिखे होने उन्होंने दिखाता जो है जो छपाने वाले छपा आ सारे साइन हो वेखो उन्होंने यदि भी मैं कंप्लेन पा चुका काफ़ी देर की मैं ठीक है एक करप्ट वा सारा करप्ट मंडली है सारी इन्हों की जांच होनी चाहिए बिल्कुल तो उधर माता हो रही कुछ कहना चाहदियाँ सी आपां उन्हां नूं बेबे तुसी नरेगा दे उहदे बारे कुछ कहना चाहुंदे नहीं जी अहीं नरेगा च नहीं एवें झूठ नहीं मारना क्योंकि सच्ची गल दे विच बरकत हुंदी आ कि जिहड़ी सच्ची आ सच्ची हुंदी आ बिल्कुल जी साडियां पलछां दे पैसे जी पलछां दे पैसे ओह भी नहीं साडियां पास होईआं ओह भी नहीं सानूं मिले जी जे साडे वालिया वाले कमरे ही कटण वाले होए जी आओ वेख लो जी सामने आ जा वालिया दे कमरे ही लाही ओह भी लिस्टां दे दित्ते साडे पर के करजे चुक चुक अहीं डे कमरे गोल्डी को जेड़े हाजरी जी ला रहा कापी जी बस नहीं है जॉब कार्ड हाजरी नहीं लगती
हाजरी लगूगी फिर ही पैसे मिलने हाजरी मैं तुहाडी पवा दिना वा ते तुसीं मेरा काम कर दो। पिछे नहीं गल कह लगा वा केड़ी गल करनी है बीबिया सही कह दिया उन्होंने हाडी वरतिया ही गल सुनी नहीं करते सब कुछ सामने आ। दूजी गल मैं कर लगा एक बबलू ठेकेदार ने केड़ा 17 करोड़ का ठेका टेंडर भरया ना पॉइंट नोट करो इस करके भी उन्हें भर लिया पानी का पानी की समस्या हल करांगे सानू नहीं पता की होया सीवरेज भर गए आ पुट के वैसे दे लोगों के घर पानी वड़न दिया वा सानू नहीं पता भी बबलू जाते अपने उत्थे लै जाए कितों आया वा पटियाले पानी पहुँचा दे ते जां कड़ा इहदा मुखी बंदा नाल किन्ने 17 करोड़ मोढ़े ना मोढ़ा जोड़ के खादा वा सानू नहीं मतलब हैगा साडी पानी की समस्या हल करो नहीं ते कर दांगे चक्का जाम गटर खोल पहले दसो भी गंदा पानी जां कोड़ पै गया असीं मर गए खुरक पै गया गरीब मर गया उहदा जिम्मेवार बंदा कौन होगा जां दे सानू बबलू साडे सामने आ गया नूं प्रूफ देवे साडे घर वेखो गंदा पानी लैटरीन का पानी साडे घर जांदे रोटी खाण नूं सानू जगह नहीं मिलदी उत्थे बदबू फैली चक्का जाम करके जरूर कैमरा मारो सीवरेज केड़ा मर्जी पुट के वेखो हर पिंड घर पानी बन दे वा ना सप्पड़ वेखो भर गए जो मर्जी हो जाए भाजी हाथ जोड़ के रिक्वेस्ट वा गटर भरे आ बीमारी फैलन डी आ बबलू ठेकेदार सदू 17 करोड़ उन्हें खादा अही नहीं खादा वह जाते 2 किले मुल लवे ते पानी का मसला हल करे लैटरिया का पैसे घर बन दे तुम सोचना भी कि मसला हल होना 17 करोड़ कोई माड़ी मोटी रकम का होंगी हाँ जी हाँ जी ये उदो सोचना चाहिए एक पिंड का मुखी हो गए कि घर के वारस वा एक मिनट घर के वारस हो गए भी घर अं कि बचा वा कितों सीवरेज पैन डे कितों पानी पैन डे उदो सोचना चाहिए पिंड में अं कि बचा वा बदल का पानी कितने जाऊगा लैटरिया का पानी जाना वा इन्ना सारिया नालिया बंद हो गई वा सारा काम खत्म करता वा सू इतों की गल आता भी अब बदल पा वा ना तो तुम उदो कैमरे मारो मेरे हिसाब ना बीमारी जरूर फैलूगी एक घर च जी मरूगा जो कोई जी मरता वा भावे मेरा ही मरता जावे मां मर जा जिम्मेवार कौन गा जहाँ तो बबलू लाऊगा उत्तर रिपोर्ट लाऊंगा 307 के 308 लवावे उत्ते सारे पिंड चक्का जाम सीएम भी सदा तो भगवंत मान साहब नो कह सफाइया दिता उन्होंने भी सदा तो जहाँ मुखी कि पिंड का खसम आ कि कहता मैं जे करता वो करता वो तुम पुछो भी ये पानी दसो कितने खाना जहाँ अपने घर पाले अपने घर पाले गरीब अं इतने लंघ सकते हैं उन्हें एक गली पंचायत खाते एक गली बना के सही काम ना किया दूजी गली पुटी नहीं जाती उन्हें एक गली पटा के दूजी बार फिर करती पंचायत खाते पैसे पाने अपने खाते पावे पबलिक से क्यों पाउंडे जब सरकार ने दिता 17-18 करोड़ रुपये यदा मतलब थोड़ा भी पब्लिक के पा दे सिर बोझ ये तुम पानी की समस्या पूरी हल करो बाकी तो सारिया मुश्किलों तुम्हें पता ही आ जो भी आ लैटरिंग आ एक सौ पॉइंट नोट करो ये गरीब बंदे इन्होंने बालिया के पैसे घर कमाने है 70-70 हज़ार है चैक आए आ मैं प्रूफ पक्का दिन उन्होंने अपने महल्ले चाचे ताए टट्टी पट्टी उन्होंने दिते आ इन्हें क्यों नहीं दिते पैसे साढ़े वास्ते आ फिर तुम इनक्वायरी करो आखो सारे देखो जी सुधार जी हाँ देखो।
मतलब चेक वगैरा कोई आए ना, 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 ना कोई नहीं आया ठीक है कोई नहीं आया फार फार पढ़ के देते पुछ लो ताडा आया कोई नहीं जी 20 साल हो गया नु के घर दे के आ दे दो आ दे दो आ दे दो कख नहीं कहने देता जी चक्की वाले दे घर ठीक है 20 साल हो गए हुण आई अपनी मेहनत माड़ी मोटी करदे ते रोटी पानी खाने जी हो नहीं हाडे को ते नरेगा विच थोड़े भी पैसे सी हां नहीं जी मैं ओदा काम करदी मेरा नाम नहीं उहना लिखिया हां जी मेरी अखा मैं पटीशन होण वाला वड्डा ते मेरे को नहीं ओ काम होया हां जी जो काम कर दिया उदो नहीं आए तो मुड़के बाद च थोड़े थोड़े आए जो इन्हों रस्ता बहुत ज्यादा खराब 2-3 साल हो गया जी भाजी रस्ता खराब नू भाजी अहीं इन्ने औखियां भी कोई हिसाब ही नहीं है ठीक है जी जदों कोई मतलब साढ़िया 20-20 लाख दी गड्डियां साडे घर खलोतियां 2-2 साल हो गए तुसीं जाके वेख सकदे जी ठीक है ना अहीं बाहर कढ नहीं सकदे जिद्दन नूं बाहर कढ जदों मैं भी आयांगा जदों पहले गेयर च हुंदी आ बंदा सोचदा वी यार इद्दू भी छोटा गेयर होवेगा हां जी हां जी बस इही गल है ना मान लो जदों नूं मींह हटदा वा जदों गड्डी कढण दी सलाह आंदी अगले दिन नूं मींह फेर पै जांदा गड्डियां फेर अंदर दी अंदर भाजी बहुत ज्यादा तंग आ साडे कोल रात एमरजेंसी पै जे तां अहीं कोई भी अपने घरों गड्डी साधन बाहर नहीं कढ सकदे क्योंकि अहीं 2-2 गड्डियां रखियां इक घर रखी आ इक बाहर किसे दे घर ला के आई दी आ 2 साल हो गए 2.5 साल सानू तंगी कटदे आ जिनी सड़क सड़क हैगी सारी इट्टां दी सड़क बनी ही इट्टां लै गईआं सारीआं इट्टां चुक के लै गए आ हां जी घर नूं ही ओह वी इट्टां वाली सड़क बनी ही 20 फुट चौड़ी ओह वी सारीआं इट्टां चुक के लै गए आ सरपंच नूं बड़ी वारी कह चुके आ सरपंच इहो कहिंदा मैं गल कीती आ बस तुहाडा राह बण जूगा 2 साल हो गए सानू इह गल कहिंदे आ ठेकेदार नूं जे इह वी आख्या है वी इह जिहड़ी इट्टां वाली सड़क बनी आ इहनूं ना पुट सीवरेज दी सानू लोड नहीं जे इहो हाल रहिणा ते बाहर ठेकेदार ने पुट के कोई रिश्तेदार ने आना हुंदा वा ओह सानू पहला फोन करके पुछदा वा भी किद्दां तुहाडे राह दा बणिया को आईए कि ना आईए आ गल इन्ने साडे माड़े हाल है ना जिहड़ा को रवे रब दा ना चंगे भले जट जिमीदार वा 10-10, 15-15 किलियां दे मालक वा 20-20 लाख दियां घर मशीनां खलोतियां अहीं मशीनां नहीं घरों कढ सकदे बाहर अहीं मशीनां व्यापार करते हैं मशीन लिया वेचनिया हों सू पता वा कि कभी किसी के डेरे डाके वेची दी कभी किसी के घर डाके वेची दी आ बहुत बड़ी परेशानी आ रही बहुत ज्यादा परेशानी वाली गल है ਟੰਗ ਦੇ ਸਾਡੇ ਪੈਸੇ ਆਏ ਆ ਪ੍ਰੂਫ ਲੱਲੇ ਸਾਰੇ ਆ ਅੱਛਾ ਤੇ ਨਾ ਪੈਸਾ ਕੋ ਪਾਇਆ ਨਹੀਂ ਤੁਹਾਨੂੰ ਪਤਾ ਲੱਗ ਗਿਆ ਵੀ ਆਏ ਹੈਗੇ ਨੇ ਤੁਹਾਡੇ ਨਾਲ ਲਿਸਟ ਦਿਖਾ ਲਈ ਆ ਇੱਕ ਤੁਹਾਡਾ ਨਾਮ ਆਇਆ ਵਾ ਅੱਛਾ ਠੀਕ ਹੈ ਨਾ ਪ੍ਰੂਫ ਮੰਗੇ ਆ ਅੱਛਾ ਠੀਕ ਹੈ ਨਾ ਪੈਸਾ ਕੋਈ ਨਹੀਂ ਪਾਇਆ ਸਾਨੂੰ ਮਤਲਬ ਤੁਹਾਨੂੰ ਨਹੀਂ ਮਿਲਿਆ ਆ ਜਿਹੜੀ ਆ ਜਿਹੜੀ ਆ ਇਲੈਕਸ਼ਨ ਹੋਈ ਨਾ ਝਾੜੂ ਵਾਲੀ ਇਹ ਤੋਂ ਪਹਿਲਾਂ ਨੇ ਲਏ 4 ਮਹੀਨੇ ਫਰਕ ਅੱਛਾ ਉਸ ਤੋਂ ਬਾਅਦ ਨੇ ਪੈਸਾ ਕੋਈ ਨਹੀਂ ਪਾਇਆ ਨੇ ਠੀਕ ਹੈ ਪ੍ਰੂਫ ਲੱਲੇ ਸਾਰੇ ਆਧਾਰ ਕਾਰਡ ਲਿਆ ਵਾ ਬੈਂਕ ਖਾਤਾ ਲਿਆ ਵਾ ਪੈਸਾ ਕੋਈ ਨਹੀਂ ਪਾਇਆ ਹਾਂਜੀ ਹੋਰ ਕਿਸੇ ਦੇ ਆਏ ਲੱਗੇ काफी न्यूज आए सारे गए महीने पै जाने काम हो जूगा तुहाडा कोठा पै जूगा कुछ नहीं किया हां जी 2-3 बारी लेके गए इसी कमरे दे नाल गुजारा हो रहा हां जी इसी कमरे दे इसी नाल ठीक ਤੇ ਆ ਇੱਕ ਰਸੋਈ ਵਾਂਗੂ ਬਣਾਇਆ ਹੋਇਆ ਇੱਥੇ ਇਹ ਮਤਲਬ ਰੋਟੀ ਆਪਣਾ ਰੋਟੀ ਪਾਣੀ ਦਾ ਕਰ ਰਹੇ ਨੇਗੇ ਤੇ
एक भाई ये दसो भी जदों यह सीवरेज पिया गा सीवरेज तो बाद गलिया नू मतलब दोबारा तो साफ करने वास्ते जां इट्टां लाउण वास्ते कोई आई है नहीं कोई नहीं आई ग्रांटां आईयां वा पर इन्हें लाया नहीं कुछ लाया कुछ नहीं आया सीगा उनू ए आपां इस काम वास्ते यूटिलाइज कर सकदे आराम नाल कर सकदे वेखो जी जिहड़े देखो स्पोय करो 25 लाख रुपया पिछले सरपंच दा पिया सीगा है ना ते ਉਹਨੂੰ ਆਪਾਂ ਕਨਵਰਟ ਕਰਕੇ ਐਡਜਸਟ ਕਰ ਸਕਦੇ ਹਾਂ ਡੀਸੀ ਕੋ ਐਪਲੀਕੇਸ਼ਨ ਦੇ ਕੇ ਕਰ ਸਕਦੇ ਨਾ ਉਹ ਨਹੀਂ ਕਰਨਾ ਚਾਹੁੰਦਾ ਇਹ ਹੁਣ ਪਾਣੀ ਜਿਹੜਾ ਕੱਢਣਾ ਛੱਪੜ ਦਾ ਪਾਣੀ ਕੱਢਣਾ ਹੁੰਦਾ ਜਿਹੜਾ ਉਹਨੂੰ ਆਪਾਂ ਸੈਟਿਸਫਾਈ ਨਹੀਂ ਕਰ ਸਕਦੇ ਉਹਨੂੰ ਕਰ ਨਹੀਂ ਸਕਦੇ ਕਲੀਅਰ ਵੀ ਉਦੋਂ ਕਹਿ ਦੂਗਾ ਵੀ ਜਿਹਦੇ 4 ਘੰਟੇ ਚੱਲਿਆ ਉਹਨੂੰ ਕਹਿੰਦੂ 8 ਘੰਟੇ ਚੱਲਿਆ ਜਨਰੇਟਰ ਜੀ ਪਾਣੀ ਕੱਢਿਆ ਵਿੱਚੋਂ ਉਹਨੂੰ ਕਿੱਦਾਂ ਕਰੋਗੇ ਹੈ ਨਾ ਉਹਨੂੰ ਕਿੱਦਾਂ ਕਲੀਅਰ ਕਰੋਗੇ ਜਿਹਦੇ ਜਸਟੀਫਾਈ ਕਿੱਦਾਂ ਕਰੋਗੇ ਆਪਾਂ ਠੀਕ ਨਾ ਉਹ ਸਿਰਫ ਉਹ ਕੰਮ ਕਰਦਾ ਜਿਹ 'ਚ ਉਹਨੂੰ ਜਸਟੀਫਾਈ ਕਰਨਾ ਪਵੇ ਨਾ ਠੀਕ ਆ ਜਦੋਂ ਪੈਸੇ ਵੱਧ ਵਜਣ ਉਹ ਚੀਜ਼ਾਂ ਉਹ ਕੰਮ ਕਰਦਾ उंगल मैं प्रेशर कराया 6 महीने मंजे ते पिया रहा हां जी ते कोई कोई सरकार नहीं की जाओ वेख लो किन्ना गंद पिया किन्ना नहीं ते मीं पए तो कहंदे वी इत्थे बहुत ज्यादा मंदा हाल हुंदा इस एरिया 10,000 वोट आ गई इस पिंड की काफ़ी वीड्डी आबादी हैगी पर हाल बहुत मंदा75% ਰੁਲਦੇ ਪਏ ਲੋਕ ਇਹਦੇ ਨਾਲ ਇੱਟਾਂ ਦੇ ਰਾਹ ਚੰਗੇ ਸੀਗੇ ਸੀਵਰੇਜ ਤੋਂ ਬਿਨਾਂ ਲੋਕੀ ਚੰਗੇ ਸੀ ਆਹ ਹਾਲਾਤ ਬਣ ਚੁੱਕੇ ਆ ਵੀ ਲੋਕਾਂ ਨਿਕਲਣਾ ਮੁਸ਼ਕਿਲ ਕਿਤੇ ਬਾਰਿਸ਼ਾਂ ਹੋ ਜਾਣ ਤੇ ਲੋਕੀ ਨਿਕਲਿਆ ਨਹੀਂ ਜਾਂਦਾ ਨਿਕਲ ਕੇ ਬੱਚੇ ਸਕੂਲੇ ਜਾਂਦੇ ਪੜ੍ਹਨ ਜਾਂਦੇ ਕੋਈ ਬਜ਼ੁਰਗ ਵਾ ਸਾਰੇ ਤੇ ਕਿਸੇ ਕੋਲ ਬਜ਼ੁਰਗ ਕੋਲ ਤੁਰਿਆ ਨਹੀਂ ਜਾਂਦਾ ਕੋਈ ਡਿੱਗ ਪਿਆ ਉੱਥੇ ਡਿੱਗ ਪਿਆ ਇਹ ਲੋਕ ਦੇ ਵਿਚਾਰੇ ਆਪਣੇ ਸਿੱਧੇ ਪੈਸਾ ਵੀ ਨਹੀਂ ਲਾਉਣ ਜੋਗੇ ਤੇ ਇੱਕ ਚੀਜ਼ ਹੋਰ ਦੱਸੋ ਵੀ ਜਿਹੜਾ ਆਹ ਸੀਵਰੇਜ ਪਿਆ ਹੈਗਾ ਹਾਂਜੀ ਤੇ ਸੀਵਰੇਜ ਵੀ ਉਸੇ ਪੰਚਾਇਤ ਵਾਲੀ ਗ੍ਰਾਂਟ ਚੋਂ ਪਿਆ ਜਾਂ ਨਹੀਂ ਪੰਚਾਇਤ ਵਾਲੀ ਗ੍ਰਾਂਟ ਚੋਂ ਪਿਆ ਉਹਦੇ ਵਾਸਤੇ ਨਾ ਆਪਣਾ ਇਹ ਨਹੀਂ ਜਿਹੜੇ ਹੈਂਡਓਵਰ ਸੀ ਹੋਏ ਨਾ ਜਿਹੜੇ ਠੇਕੇਦਾਰ ਦੇ ਉਹ 11 ਕਰੋੜ ਤੇ 5 ਲੱਖ ਰੁਪਇਆ ਜਿਹੜਾ ਰਸੀਵ ਹੋਇਆ ਵਾ ਉਹ ਸੈਪਰੇਟ ਆਇਆ ਸੀਪਰ ਆਪਣਾ ਵਾਟਰ ਸਪਲਾਈ ਤੇ ਸੀਵਰੇਜ ਵਾਸਤੇ ਇੱਕ 2 ਕਰੋੜ 65 ਲੱਖ ਡਰੇਨ ਵਾਟਰ ਵਾਸਤੇ ਪਾਈਪ ਵਾਸਤੇ ਆਇਆ ਵੱਖਰਾ ਠੀਕ ਹੈ ਤੇ ਇੱਕ ਕੁਝ 2 ਕਰੋੜ ਤੋਂ ਪਲੱਸ ਹੈਗਾ 11 ਨੰਬਰ ਵਾਰਡ ਵਾਸਤੇ ਉਹ ਵੱਖਰਾ ਸਰਕਾਰ ਨੇ ਤਾਂ ਪੈਸਾ ਦਿੱਤਾ ਹੈਗਾ ਖੁੱਲਾ ਬੇਇਤਿਹਾ ਪੈਸਾ ਮਿਲਿਆ ਘੱਟੋ ਘੱਟ 20 ਤੋਂ 22 ਕਰੋੜ ਟੋਟਲ ਮਿਲਿਆ ਜਾਵੇ ਨਹੀਂ ਤਾਂ ਸੋਨੇ ਦੀ ਚਿੜੀਆਂ ਕੋਈ ਚਾਂਦੀਆਂ ਕੋਈ ਚਮਕਣਾ ਜਿਹਦਾ ਪਿੰਡ ਤੇ ਆਹ ਚਾਂਦੀ ਚਮਕਣ ਦੀ ਵੇਖ ਲਓ ਤੁਹਾਡੇ ਸਾਹਮਣੇ ਹਾਲਾਤ ਵੇਖ ਲਓ ਤੁਸੀਂ ਠੀਕ ਆ ਇਹਨਾਂ ਦੇ ਆਪਣੇ ਘਰ ਚਮਕ ਚੁੱਕੇ ਨੇ ਪਰ ਇਹਨਾਂ ਨੇ ਪਿੰਡ ਦਾ ਕੋਈ ਨਹੀਂ ਸੋਚਿਆ ਪਿੰਡ ਨੂੰ ਬਿਲਕੁਲ ਛੱਡਦਾ ਅਣਗੋਲਿਆ ਕਰਤਾ ਬਿਲਕੁਲ ਇੱਟਾਂ ਜਿਹੜੀਆਂ ਲੱਗੀਆਂ ਹੋਈਆਂ ਸੀ ਉਹ ਆਲਰੇਡੀ ਪੱਟ ਗਈਆਂ ਨੇਗੀਆਂ ਬਸ ਆਹ ਹਾਲ ਹੁਣ ਇੱਥੇ ਪਿੰਡ ਦਾ ਮਤਲਬ ਸਾਰੇ ਦਾ ਹੋਇਆ ਪਿਆ ਤੇ ਇਹ ਛੱਪੜ ਦੀ ਵੀ ਕਹਿੰਦੇ ਸਫਾਈ ਕਰਵਾਈ ਗਈ ਆ ਬਾਈ ਹੋਰਾਂ ਤੋਂ ਪੁੱਛ ਲਾਂਗੇ ਵੀ ਕਦੋਂ ਪੱਚੀ ਲੱਖ ਦੇ ਪਿਛਲੇ ਸਰਪੰਚ ਦਾ ਬਚਿਆ ਸੀਗਾ ਠੀਕ ਹੈ ਉੱਚ ਪੈਸਿਆਂ ਦੀ ਸਫਾਈ ਹੋ ਸਕਦੀ ਠੀਕ ਹੈ ਜੀ ਨਹੀਂ ਹੋਈ ਸਫਾਈ ਮਤਲਬ ਇਸੇ ਕਰਕੇ ਜਿਹੜਾ ਡਰੇਨੇਜ ਸਿਸਟਮ ਹੈਗਾ ਉਹ ਸਾਰਾ ਓਵਰ ਹੁੰਦਾ ਪਿਆ ਇਹ ਜਿਹੜਾ ਸਿਵਲ ਦਾ ਪਾਣੀ ਨਾ ਜਿਹੜਾ ਬੈਕ ਮਾਰਦਾ ਪਿਆ ਸੀਵਰੇਜ ਦਾ ਟੀਟਮੈਂਟ ਪਲਾਂਟ ਬਣਿਆ ਨਹੀਂ ਆ ਬੰਦਾ ਪਿਆ ਉਹਨਾਂ ਨੇ ਟੈਂਪਰਰੀ ਪਾਣੀ ਪਾਇਆ ਪਾਣੀ ਉਹਨਾਂ
ਹੁਣ ਉਹਨਾਂ ਨੇ ਕੀ ਕੀਤਾ ਵੀ ਡਾਇਰੈਕਟ ਜੈਸੀਬੀ ਲਿਆ ਕੇ ਤੇ ਉਹਨੂੰ ਡਾਇਰੈਕਟ ਕਰ ਦਿੱਤਾ ਵੀ ਇੱਧਰ ਨੂੰ ਪਾਣੀ ਆਵੇ, ਹੁਣ ਬੈਕ ਪਾਣੀ ਹੇਠ ਛੱਪੜ ਤੱਕ ਲੋਕਾਂ ਦੇ ਘਰਾਂ 'ਚ ਜਾਣ ਡਿਆ ਗਾ ਪਾਣੀ। ਹਾਂਜੀ ਇੱਦਾਂ ਹੁੰਦਾ, ਗੰਦਾ ਪਾਣੀ ਜਾ ਰਿਹਾ ਪੂਰਾ, ਬਿਲਕੁਲ ਜੀ ਲੋਕਾਂ ਦੇ ਘਰਾਂ ਦੇ ਵਿੱਚ ਜਾਣ ਡਿਆ ਗਾ ਪਾਣੀ, ਇੱਦਾਂ ਹੁੰਦਾ ਗਾ।
इसे तरह खाली पईआं ने पत्थर हुण दुबारे नवां पाया जां किवें आ सारे पिंड जी गेड़े दे माए कोई चक्कर ना लो इथों भी ले लो मोटरसाइकिल लंघाउणा होवे किसे साइकिल लंघाउणा होवे गड्डी तां चलो नहीं आ सकदी ते वी ओ देखो तुसीं किन्नी क पॉसिबिलिटी है वी इहदे विच दी किवें जिहड़ा लंघ सकदा ਇਹ ਜਿਹੜੀ ਗਲੀ ਹੈ ਮੇਨ ਗਲੀ ਹੈ ਜਾਨੀ ਪਿੰਡ ਦੀ ਇਹ ਜਿਹੜੀ ਮੇਨ ਗਲੀ ਆ ਪਿੰਡ ਦੀ ਇਹ ਬਾਬਾ ਸ਼ਹੀਦ ਫਿਰਨਾ ਜੀ ਤੇ ਜਗ੍ਹਾ ਗੁਰਦੁਆਰਾ ਸਾਹਿਬ ਨੂੰ ਜਾਂਦੀ ਆ ਇਹ ਸਾਰੀ ਮੇਨ ਗਲੀਆਂ ਚੋਂ ਗਲੀ ਰਲ ਕੇ ਤੇ ਸਾਰੀ ਬਣਦੀ ਆ ਜੋ ਸੰਗਤ ਇੱਥੇ ਜਾਂਦੀ ਆ ਗੁਰਦੁਆਰਾ ਸਾਹਿਬ ਸਵੇਰੇ ਸ਼ਾਮ ਬਹੁਤ ਹੀ ਤੰਗੀ ਹੁੰਦੀ ਆ ਤੇ ਜਦੋਂ ਮੀਂਹ ਪੈਂਦਾ ਹੋਊ ਤਾਂ ਮੀਂਹ ਪੈਂਦਾ ਉਦੋਂ ਪਾਣੀ ਦੇ ਵਿੱਚ ਦੀ ਲੰਘ ਕੇ ਜਾਣਾ ਪੈਂਦਾ ਤੇ ਸੁੱਕੇ ਵੀ ਵਿੱਚ ਕੀ ਨਾਵਾ ਪਾਣੀ ਆ ਜਾਂਦਾ ਜਦੋਂ ਸੀਵਰੇਜ ਉਬਾਲਾ ਮਾਰਦੇ ਆ ਉਹ ਇੱਥੇ ਉਹ ਵੀ ਪਾਣੀ ਪੂਰਾ ਘਰਾਂ ਦੇ ਵਿੱਚ ਆਉਂਦਾ ਵਾ ਤੇ ਗੱਡੀ ਤਾਂ ਇੱਥੋਂ ਹੀ ਲੰਘ ਨਹੀਂ ਸਕਦੀ ਨਹੀਂ ਜੀ ਗੱਡੀ ਨਹੀਂ ਲੰਘਦੀ ਇਹ ਵੀ ਲੋਕ ਬਹੁਤ ਤੰਗ ਵਾ ਕੋਈ ਬਿਮਾਰ ਵਾ ਖੜਨ ਵਾਸਤੇ ਵੀ ਬਹੁਤ ਹੀ ਤੰਗੀ ਆ ਆ ਤੁਸੀਂ ਵੇਖ ਸਕਦੇ ਇੱਥੋਂ ਚਾਰ ਪੰਜ ਗਲੀਆਂ ਜਿਹੜੀਆਂ ਇਹਨੂੰ ਇਹ ਕੀ ਨਾਵਾ ਜਗ੍ਹਾ ਨੂੰ ਅਟੈਚ ਕਰਦੀਆਂ ਠੀਕ ਹੈ ਹਾਂਜੀ ਇੱਥੇ ਨਾ ਪੈਪ ਸੀ ਤੇ ਅਨਾਨਾ ਪਾਣੀ ਸੀ ਮੈਂ ਪਾਣੀ ਵੀਦੀ ਲੰਘਦੀ ਸੀ ਤੇ ਮੈਂ ਸਰਪੰਚ ਸਾਹਿਬ ਨੂੰ ਕਿਹਾ ਕਿ ਇੱਥੇ ਮਿੱਟੀ ਪਾ ਦਿਓ ਉਹਨੇ ਮਿੱਟੀ ਨਹੀਂ ਪਾਈ ਮੈਂ ਕਿਹਾ ਮੈਂ ਡੀਸੀ ਸਾਹਿਬ ਕੋ ਜਾਊਂਗੀ ਉਹਨੇ ਕਿਹਾ ਜਾਓ ਉਹਨੇ ਮਿੱਟੀ ਨਹੀਂ ਪਾਈ ਮੈਂ ਗਰਾਹੀ ਇਕੱਠੀ ਕਰਕੇ ਪੈਪ ਤੇ ਮਿੱਟੀ ਪਾਈ ਆ ਮੌਕਾ ਵੇਖ ਲਓ ਆ ਸਭ ਬੰਦੇ ਗਵਾਹ ਵਾ ਕਿ ਮੈਂ ਛੋਟੀ ਜਿਹੀ ਬੱਚੀ ਲੈ ਕੇ ਰੋਜ਼ ਹੀ ਬੱਚੇ ਚੜਾਉਣ ਜਾਂਦੀ ਤੇ ਮੈਂ ਡਿੱਗ ਪਈ ਤੇ ਮੇਰੇ ਰੋੜਾ ਇੱਥੇ ਵੱਜ ਗਿਆ ਅਜੇ ਤੱਕ ਮੈਂ ਠੀਕ ਨਹੀਂ ਹੈਗੀ ਪਰ ਇਹ ਨਛਾਫ ਆ ਕਿ ਵੀ ਨਛਾਫ ਆ ਕਿਉਂਕਿ ਗਲੀਆਂ ਨਾਲੀਆਂ ਪੁੱਟੀਆਂ ਕੀ ਕਰਨ ਨੂੰ ਜੇ ਇਹ ਬਣਾਉਣੀਆਂ ਹੀ ਨਹੀਂ ਆ ਇਹ ਬਣਾਉਣੀਆਂ ਚਾਹੀਦੀਆਂ ਵਾ ਜੇ ਗੁਰੂ ਗ੍ਰੰਥ ਸਾਹਿਬ ਲੈ ਕੇ ਜਾਂਦੇ ਸੀ ਤੇ ਪੁੱਛੋ ਇਹ ਗੰਦੇ ਪਾਣੀ ਥਾਣੀ ਲੈ ਕੇ ਲੰਘਦੇ ਸੀ ਇਹ ਘਟਨਾ ਦੇ ਵਿੱਚ ਮੈਂ ਬਹੁਤ ਹੀ ਵਾਰ ਖਿਲਾਫ ਕਿ ਜਦੋਂ ਇਹ ਗੰਦੇ ਨਾਲੇ ਵਿਦਿਆ ਆਪਾਂ ਗੁਰੂ ਗ੍ਰੰਥ ਸਾਹਿਬ ਲੈ ਕੇ ਜਾਂਦੇ ਤੇ ਫਿਰ ਛੱਡੀਆਂ ਪੱਗਾਂ ਬੰਨਣ ਦਾ ਕੀ ਫਾਇਦਾ ਕੋਈ ਫਾਇਦਾ ਨਹੀਂ ਸਾਨੂੰ ਪੱਗਾਂ ਬੰਨਣ ਦਾ ਫਿਰ ਮੈਂ ਉਹ ਗਰਾਹੀ ਇਕੱਠੀ ਕਰਕੇ ਆ ਮੈਂ ਪੂਰਾ ਪਵਾਇਆ ਪਰ ਸਰਪੰਚ ਸਾਹਿਬ ਨੇ ਸਾਡੀ ਇੱਕ ਵੀ ਖੁੱਲਾ ਚੈਲੰਜ ਕਰਤਾ ਵੀ ਕਿਤੇ ਮਰਜ਼ੀ ਜਾਓ ਹਾਂ ਉਹਨੇ ਛੁਰ ਖੁੱਲਾ ਕਰਦਾ ਪਛੱਕ ਦੀ ਪੁੱਛ ਲਓ ਭਾਵੇਂ ਜਿੱਥੇ ਮਰਜ਼ੀ ਵਗ ਜਾਓ ਜਿੱਥੇ ਮਰਜ਼ੀ ਚਲ ਜਾਓ ਇੱਥੋਂ ਜਿਹੜੀ ਪੁਰਾਣੀ ਇੱਟ ਪੱਟੀ ਗਈ ਹੈਗੀ ਹਾਂਜੀ ਇੱਟ ਪੁਰਾਣੀ ਪੁੱਟੀ ਇੱਥੇ ਚੁੱਕਣ ਆਏ ਕਿ ਟਰਾਲੀ ਲਿਆ ਕੇ ਚੁੱਕਣਾ ਫਿਰ ਬੀਬੀਆਂ ਦੇ ਦੁਆਲੇ ਹੋ ਗਈਆਂ ਜੇ ਇੱਥੋਂ ਭਜਾਇਆ ਉਹਨਾਂ ਦੇ ਅੱਛਾ ਕਹਿੰਦੇ ਇੱਟ ਅਸੀਂ ਪੁਰਾਣੀ ਜਿਹੜੀ ਆ ਪੰਚਾਇਤ ਦੀ ਲੱਗੀ ਚੁੱਕ ਖੜੀ ਅਸੀਂ ਇੱਟ ਤੇ ਅਸੀਂ ਮਾਪ ਲਿਵਾ ਕੇ ਲਿਆ ਕੇ ਲਵਾਈ ਆ ਅਸਾਂ ਕੋਲੋਂ ਲਾਈ ਹੋਈ ਸੀ ਸਾਰੀ ਹਾਂਜੀ ਸਾਰੀ ਅਸੀਂ ਗਲੀ ਦੀ ਕੋਲੋਂ ਲਾਈ ਨਾ ਸੀਵਰ ਦਾ ਪਿਆ ਵੀ ਥੱਲੇ ਹੀ ਆ ਪਾਇਆ ਹੈਗਾ ਅਸੀਂ ਪਹਿਲਾਂ ਜਦੋਂ ਗਲੀ ਬਣਾਈ ਆ ਉਦੋਂ ਅਸੀਂ ਪੈਸੇ ਪਾ ਕੇ ਫੇਰ ਬਣਾਈ ਆ ਅੱਛਾ ਸੀਵਰ ਪਾਇਆ ਉਹ ਵੀ ਅਸੀਂ 1000 ਰੁਪਈਆ ਪਾ ਕੇ ਫੇਰ ਪਾਇਆ ਠੀਕ ਹੈ ਹਾਂਜੀ ਤਿਆਰ ਕੀਤਾ ਗਿਆ ਜਿਹੜੀ ਇੱਟ ਆ ਉਹ ਵੀ ਚੁੱਕ ਕੇ ਲੈ ਗਏ ਆ ਵੇਖੋ ਜੀ ਗੋਡਿਆਂ ਤੋਂ ਪੇਸ਼ੈਂਟ ਵਾ 2 ਸਾਲ ਹੋ ਗਏ ਆ ਇਹ ਮੈਂ ਸੈਰ ਕਰਨ ਨਹੀਂ ਜਾ ਸਕਦੀ ਬਾਹਰ ਕਿਤੇ ਮੈਂ ਨਿਕਲ ਨਹੀਂ ਸਕਦੀ ਮੈਂ ਅੰਦਰ ਹੀ ਰਹਿਣੀ ਕਿਤੇ ਲਾਤਾ ਅਸੀਂ ਪਤਾ ਨੀ ਕਿੰਨੇ ਫੇਰ ਸਰਪੰਚ ਮਾਰਦੇ ਸਾਡੀ ਇੱਕ ਗੱਲ ਇਹਨੇ ਸੁਣੀ ਜੀ ਕਹਿੰਦਾ ਕਰ ਦਿੰਦਾ ਵਾ ਅੱਜ ਕਰਾ ਦਿੰਦਾ ਭਲਕੇ ਕਰਾ ਦਿੰਦਾ ਵਾ ਹੁਣ ਜਿੱਦਾਂ ਜੀ ਵੇਖੋ
ਗੋਡਿਆਂ ਦੇ ਜਿਹੜੇ ਪੇਸ਼ੈਂਟ ਵਾ ਇਹ ਆਪਣੀ ਮੈਡੀਸਨ ਨਹੀਂ ਲੈਣ ਜਾ ਸਕਦੇ ਨਾ ਇਹ ਤੋਰ ਹੀ ਸਕਦੇ ਆ ਅੱਗੇ ਥੋੜੀਆਂ ਗਲੀਆਂ ਪੱਧਰੀਆਂ ਇਹ ਤਾਂ ਵਾਕਰ ਦੇ ਨਾਲ ਇਹਨਾਂ ਦਾ ਵੀ ਸੁਣੋ ਗੱਲਬਾਤ ਇੱਕ ਚੀਜ਼ ਇਹ ਹੈ ਵੀ ਤੁਹਾਡੇ ਸਰਪੰਚ ਸਾਹਿਬ ਦਾ ਕਹਿਣਾ ਤਾਂ ਇਹ ਹੈਗਾ ਕਿ 75% ਜਿਹੜਾ ਕੰਮ ਹੈਗਾ ਇੱਥੇ ਹੋ ਚੁੱਕਿਆ ਆ ਵੇਖ ਲਓ ਤੁਹਾਡੇ ਸਾਹਮਣੇ ਹੀ ਆ ਇਹ ਕਸਬਾ ਘਮਾਣ ਐਡਾ ਤਕੜਾ ਹੋਣ ਦੇ ਬਾਵਜੂਦ 75% ਕੰਮ ਕਿੱਥੇ ਹੋ ਗਿਆ ਜੀ ਚਾਰ ਪੰਜ ਗਲੀਆਂ ਬਣਨ ਨਾਲ 75% ਕੰਮ ਥੋੜਾ ਆ ਜਾਂਦਾ 25% ਕੰਮ ਹੋਇਆ ਵਾ 75% ਰਹਿਣ ਦਿਆ ਅੱਛਾ 25% ਕੰਮ ਹੋਇਆ ਵਾ 75% ਰਹਿਣ ਦਿਆ ਵਾ ਜਿਹੜੇ ਗਲੀ ਦੇ ਵਿੱਚ ਤੁਸੀਂ ਖਲੋਤੇ ਸੀ ਅਸੀਂ ਗਲੀ ਮੁਹੱਲੇ ਦੇ ਇਕੱਠੇ ਹੋ ਕੇ ਗਏ ਹਾਂ ਸਾਨੂੰ ਜਵਾਬ ਇਹ ਦਿੱਤਾ ਗਿਆ ਵਾ ਵੀ ਸਮਾਨ ਮੈਂ ਦੇ ਦਿੰਦਾ ਵਾ ਮਿਸਤਰੀ ਤੁਸੀਂ ਲਾਓ ਮਜ਼ਦੂਰ ਤੁਸੀਂ ਲਾਓ ਅਸੀਂ ਗਲੀ ਤੁਹਾਡੀ ਜ਼ਰੂਰ ਬਣਾਉਂਗਾ ਪਰ ਮਿਸਤਰੀ ਵੀ ਤੁਸੀਂ ਲਾਓ ਸਰਪੰਚ ਸਾਹਿਬ ਨੇ ਕਿਹਾ ਮਿਸਤਰੀ ਤੁਸੀਂ ਲਾਓਗੇ ਉਹਦੇ ਪੈਸੇ ਵੀ ਦਿਓਗਾ ਨਾ ਜੀ ਨਾ ਲੇਬਰ ਦੇ ਵੀ ਪੈਸੇ ਤੁਸੀਂ ਕੋਲੋਂ ਦਿਓ ਲਾਰੇ ਪੁੱਤੇ ਮਾਰਦਾ ਵਾ ਪੈਸੇ ਕਿਤੇ ਅਸੀਂ ਤੇ ਅਸੀਂ ਆਪ ਬਣਾ ਲਿਆ ਹਨ ਮਾਸਟਰ ਦੇ ਅਸੀਂ ਆਪ ਬਣਾ ਲਏ ਅਸੀਂ ਆਪ ਬਣਾ ਲਏ ਪਰ ਨਹੀਂ ਕੋਈ ਗਲੀ ਗੁਲੀ ਮਾਲ ਕੋਈ ਨਹੀਂ ਸਟਾਕ ਸਾਨੂੰ ਕਹਿ ਦੇਵੇ ਸਟਾਕ ਨਾ ਵਿੱਚ ਮੇਰੇ ਹੱਥ ਪਹੁੰਚ ਨਹੀਂ ਗਈ ਤੇ ਅਸੀਂ ਆਪ ਬਣਾ ਲਏ ਪਏ ਆ ਗਲੀ ਦੇ ਵਿੱਚ ਪਰ ਵੇਖੋ ਜੀ ਜਿੰਨਾ ਪਿੰਡ ਘਮਾਨ ਨੂੰ ਪੈਸਾ ਆਇਆ ਉਹ ਗਿਆ ਕਿੱਥੇ ਆ ਜੀ ਕੋਈ ਬੱਚੇ ਨਹੀਂ ਇੱਕ ਗੱਲ ਆ ਜੀ ਜਿੰਨਾ ਪੈਸਾ ਘਮਾਨ ਨੂੰ ਆਇਆ ਵਾ ਟੈਂਕੀ ਆਸਤੀ ਆਇਆ ਗਿਆ 17 ਕਰੋੜ ਤੇ ਜਿਹੜਾ ਕਹਿੰਦੇ ਵੀ 2 ਕਰੋੜ ਦੇ ਇਰਡ ਗਿਰਡ ਪਿੰਡ ਦੀਆਂ ਗਲੀਆਂ ਜਾਂ ਨਾਲੀਆਂ ਆਸਤੀ ਉਹ ਕਿੱਥੇ ਗਿਆ ਪੈਸਾ ਕਿੱਥੇ ਗਿਆ ਜੀ ਜਾਂਚ ਦਾ ਵਿਸ਼ਾ 5 ਗਲੀਆਂ ਜਾਂ 7 ਬਣ ਨਾਲ ਪਿੰਡ ਤਾਂ ਕਵਰੇਜ ਨਹੀਂ ਨਾ ਹੋ ਗਿਆ ਸਾਰਾ ਓਦਾਂ ਵੇਖੋ ਜੀ ਲੋਕ ਧੱਕੇ ਤੋੜੇ ਖਾਣ ਡੇ ਆ ਸੜਕਾਂ ਓਦਾਂ ਗਲੀਆਂ ਓਦਾਂ ਜੀ ਹਾਂਜੀ ਸਾਡੀ ਤਾਂ ਇਹੋ ਅਪੀਲ ਆ ਜੀ ਵੀ ਇਹਦੀ ਜਾਂਚ ਚੰਗੀ ਤਰ੍ਹਾਂ ਹੋਣੀ ਚਾਹੀਦੀ ਆ ਤੇ ਜੋ ਵੀ ਆ ਇਹਦਾ ਗਲੀਆਂ ਨਾਲੀਆਂ ਮੁਕੰਮਲ ਬਣੀ ਜਿਹੜੀ ਨਵੀਂ ਸਰਕਾਰ ਬਣੀ ਉਹਨੂੰ ਕੀ ਕਹਿਣਾ ਜੀ ਅਜੇ 2 ਮਹੀਨੇ ਹੋਏ 3 ਬਣੀ ਨੂੰ ਉਹ ਅਜੇ ਗ੍ਰਾਂਟ ਕਿੱਥੋਂ ਦੇ ਦਿਓ ਜਿਹੜੀ ਪਿਛਲੀ ਗ੍ਰਾਂਟਾਂ ਆਈਆਂ ਉਹ ਕਿੱਥੇ ਗਏ ਪਏ ਇਹ ਗੱਲ ਆ ਜੀ ਸਾਡੀ ਨਵੀਂ ਸਰਕਾਰ ਜਾਂਚ ਕਰਵਾ ਲੈ ਜੇ ਨਵੀਂ ਸਰਕਾਰ ਦਾ ਤਾਂ ਜੇ ਆਪਾਂ ਤਾਂ ਕੋਈ ਉੱਥੇ ਕਹਿ ਨਹੀਂ ਸਕਦੇ ਉਹ ਤਾਂ ਜੇ ਨਵੀਂ ਸਰਕਾਰ 2 ਜਾਂ 3 ਮਹੀਨੇ ਹੋਏ ਆ ਉਹਨਾਂ ਅਜੇ ਗ੍ਰਾਂਟ ਕਿੱਥੋਂ ਅਜੇ ਤਾਂ ਪਿੰਡ ਨੂੰ ਦਿੱਤੀ ਕੋਈ ਨਹੀਂ ਜੀ ਹਾਂਜੀ ਪਹਿਲਾਂ ਤਾਂ ਇਹਦੇ ਬਾਰੇ ਤੁਸੀਂ ਡਰੇਨ ਦੀ ਗੱਲ ਕਰ ਰਹੇ ਸੀ ਸਰ ਇਹ ਡਰੇਨ ਜਿਹੜੀ ਹੈਗੀ ਨਾ ਇਹ ਡਰੇਨ ਵਾਟਰ ਆ ਸਾਡੇ ਛੱਪੜ ਦਾ ਵੀ ਕਿਤੇ ਬਾੜ ਵਗੈਰਾ ਆ ਜਾਵੇ ਕਿਤੇ ਬਾੜ ਆ ਜਾਵੇ ਪਾਣੀ ਓਵਰਫਲੋ ਹੋ ਜਾਵੇ ਅਤੇ ਇੱਧਰੋਂ ਰਾਈ ਖੇਤਾਂ ਵਿੱਚ ਚੱਲ ਜਾਂਦਾ ਉੱਧਰ ਨੂੰ ਨਵਾਣ ਆ ਖੇਤਾਂ ਚੱਲ ਜਾਂਦਾ ਅਤੇ ਤਾਂ ਜੋ ਬਾੜ ਦੀ ਮਾਰ ਜਿਹੜੀ ਪਿੰਡ 'ਤੇ ਨਾ ਪਵੇ ਇਹ ਉਹ ਡਰੇਨ ਵਾਟਰ ਆ ਹਾਂਜੀ ਅਤੇ ਇਹਦੀ ਚੜਾਈ ਕਿੰਨੀ ਸੀਗੀ ਜਿਹੜੀ ਕੋਈ ਅਪਰੂਵ ਹੋਈ ਹੋਈ ਹੈ ਹਾਂ ਕੋਈ ਮੈਨੂੰ ਪੱਕਾ ਕਨਫਰਮ ਨਹੀਂ ਹੈਗਾ ਉੱਦਾਂ ਪਿੱਛੋਂ ਵੇਖੀ ਜਿਹੜੇ 5-6 ਫੁੱਟ ਚੜਾਈ ਹੋਣੀ ਹੈ ਠੀਕ ਹੈ ਇਹਦੀ ਚੜਾਈ ਜਿਹੜੀ ਪਿੱਛੋਂ ਡਰੇਨ ਵਾਟਰ ਆਉਂਦਾ ਇਹਦਾ ਹਾਂਜੀ ਅਤੇ ਇਹ ਬਣਿਆ ਕਿੰਨਾ ਹੋਇਆਗਾ ਇਹ ਬਣਿਆ ਜਿੱਦਾਂ ਪਤਾ ਨਹੀਂ ਮੈਨੂੰ 20 ਮਿੰਟ ਲਾ ਲਓ ਹਿਸਾਬ ਤੁਸੀਂ ਇੱਥੋਂ ਤਾਂ ਹੈਗਾ ਅਤੇ 3 ਫੁੱਟ ਲਾ ਚਾਰ ਪਿੱਛੋਂ ਘਟਿਆ ਪਿੱਛੋਂ 2 ਫੁੱਟ ਸਾਰਾ 1.5 ਫੁੱਟ ਦਾ ਨਜਾਇਜ਼ ਕਬਜ਼ਾ ਤੇ 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 ਨਜਾਇਜ਼ ਕਬਜ਼ਾ ਤੇ
ਘੰਟਾ ਬਾਰਿਸ਼ ਨੀ ਹੋਈ ਸਾਰਾ ਮਲਵਾ ਹੀ ਲੱਗੇ ਪੁੱਟ ਕੇ ਇੱਟਾਂ ਇੱਥੇ ਲੱਗੀਆਂ ਹੋਰ ਕਿੱਥੇ ਲੱਗੀਆਂ ਆਹ ਜਿਹੜੀਆਂ ਕੋਠੀਆਂ ਪਾਈਆਂ ਕਿੰਨਾ ਨੇ ਪਾਈਆਂ ਨੇ
आवे कोठियां पाइया बामना ने आहो साड़ी तो सुनता कोई नहीं है इधरों कहते नीवी करो गली इधरों कि नीवी होनी गली तुसी आप हिसाब ला अगे गली बन गई इधर नहीं बन दी गली लेवल इधरों बन ला भाजी गली बननी है नहीं तो गली नहीं बननी सानू धमकियां दिंदे के परचे देने साडे देण परचे असीं देखीए ते कल जे असीं आप गली बनाईए ते फिर इह चंगे रहणगे ते साडी गली च ना बढ़न अगे भी गली बनाई असी आप ते हुण भी बनाई गली आप साडे देख लो साडे पूरा मोहरे किद्दां गंद पिया तुसीं ਵੇਖ ਸਕਦੇ ਅਸੀਂ ਵੀ ਨਿਆਣਿਆਂ ਵਾਲੇ ਕੱਲ ਨੂੰ ਨਿਆਣੇ ਦੀ ਵੀ ਕੋਈ ਚੀਜ਼ ਨਾ ਸਾਡੀ ਬਾਰਿਸ਼ ਆਈ ਸੀ ਨਾ ਸਾਡੇ ਪਾਣੀ ਸਾਰੇ ਵੇੜੇ ਚ ਵੜ ਗਿਆ ਸਾਡੇ ਅੰਦਰ ਜੇ ਉਹਨੇ ਇੱਕ ਬੰਦੇ ਦੀ ਗੱਲ ਮੰਨਣੀ ਆ ਤੇ ਫਿਰ ਕੀ ਤੁਸੀਂ ਦੱਸ ਦਿਓ ਵੀ ਉੱਥੇ ਕਿਹੜੀ ਉਹ ਦੀਨੀ ਵੀ ਕਰਨਾ ਜਦੋਂ ਇਹ ਕਹੀ ਹਰ ਵਾਰੀ ਉਹ ਕਹਿੰਦੀ ਨਹੀਂ ਮਾੜੇ ਬੰਦੇ ਦੀ ਸੋਣੀ ਤੇ ਫਿਰ ਸੋਣੀ ਕਹਿੰਦੇ ਆ ਕਿਆ ਉਦਾਂ ਕਹਿੰਦੇ ਨੇ ਅਸੀਂ ਮਾੜੇ ਦੀ ਸੋਣ ਨੂੰ ਖੜੇ ਆ ਫਿਰ ਵੋਟਾਂ ਲੈਣ ਨੂੰ ਖੜੇ ਹੁੰਦੇ ਇਹ ਮਾੜੇ ਨੂੰ ਤਾਂ ਕੋਈ ਸੁਣਦਾ ਹੀ ਨਹੀਂ ਪੁੱਛਦਾ ਹੀ ਨਹੀਂ ਫਿਰ ਕਿੰਨੀ ਵਾਰੀ ਫੋਨ ਕੀਤਾ ਹੈ ਕਿੰਨੀ ਵਾਰੀ ਇਹਨਾਂ ਨੇ ਕੁਛ ਕੀਤਾ ਸਾਡੀ ਗਲੀ ਨਹੀਂ ਜੀ ਹੱਲ ਕੀਤਾ ਅੱਗੇ ਵੇਖ ਸਕਦੇ ਤੁਸੀਂ ਪਿੱਛੇ ਬਣੀ ਅੱਗੇ ਚਾਰ ਪੰਜ ਘਰ ਛੱਡੇ ਆ ਜਿਵੇਂ ਆ ਮਿੰਟਾ ਹੀ ਉਹਨਾਂ ਪੈਸੇ ਵੀ ਨਹੀਂ ਦਿੱਤੇ ਅਸੀਂ ਤਾਂ ਪੈਸੇ ਵੀ ਅਸੀਂ ਪੈਸੇ ਦੇ ਕੇ ਗਲੀਆਂ ਪੱਧਰੀਆਂ ਕਰਾਈਆਂ ਫੇਰ ਮੁੜ ਕੇ ਰੋਕਤੇ ਤੈਨ ਲੱਗੀ ਮੁੜ ਕੇ ਮਟੀਰੀਅਲ ਨਹੀਂ ਪਾ ਕੇ ਜਾਂਦੇ ਸਾਡੀ ਗਲੀ ਰੋਕਤੀ ਕਹਿੰਦੇ ਅਸੀਂ ਨਹੀਂ ਬਣਾਉਂਦੇ ਜੇ ਨਹੀਂ ਬਣਾਉਣੀ ਭਾਜੀ ਜੇ ਨਹੀਂ ਨਾ ਬਣਾਉਣੀ ਤੇ ਇੱਟ ਪਟਾਉਂਦੇ ਹਾਂ ਹਾਂ ਪਟਾਉਂਦੇ ਇਹਨਾਂ ਨੇ ਉਹ ਵੀ ਲੈ ਗਏ ਮਿੱਟੀ ਵੀ ਲੈ ਕੇ ਕੁੱਟ ਕੇ ਇੱਟ ਵੀ ਲੈ ਕੇ ਨਾਲ ਆਪ ਵੇਖ ਸਕਦੇ ਆ ਜਿਹੜਾ ਮਰਜ਼ੀ ਆ ਜੇ ਸਾਡੀ ਗਲੀ ਇੱਥੇ ਬਣਨੀ ਆ ਸਾਡੀ ਗਲੀ ਬਣਾ ਕੇ ਦੇਵੇ ਠੀਕ ਹੈ ਨਾ ਫਿਰ ਉਤੋਂ ਪਰਨਾਲਿਆਂ ਦਾ ਪਾਣੀ ਪੈਂਦਾ ਜੇ ਤੁਸੀਂ ਉਹਨਾਂ ਦੀ ਮੰਨਣੀ ਫਿਰ ਸਾਡੀ ਵੀ ਮੰਨੋ ਸਾਡੇ ਸਿਰਾਂ ਦੇ ਵਿੱਚ ਪਾਣੀ ਪੈਂਦਾ ਗੰਦਾ ਉਹ ਸਾਰਾ ਪਾਣੀ ਸਾਡੇ ਘਰਾਂ 'ਚ ਵੜਦਾ ਆ ਮਾੜੇ ਬੰਦੇ ਨੇ ਕਿਸੇ ਕਿਹਦੇ ਸਾਹਮਣੇ ਸੁਣਾਉਣਾ ਇਹਨੂੰ ਸੁਣਾਉਣਾ ਭਾਈ ਸਾਰੇ ਸਾਡੇ ਕਮਰੇ ਜਿਹੜੇ ਆ ਜਿੰਨੇ ਪਾਣੀ ਪਾਣੀ ਆ ਸਾਰੇ ਕਮਰੇ ਨੀਵੇਂ ਤੇ ਸਾਰਾ ਪਾਣੀ ਅੰਦਰਾਂ 'ਚ ਜਾਂਦਾ ਹੁਣ ਅਸੀਂ ਨੌ ਨੌ ਟਰਾਲੀਆਂ ਅਸੀਂ ਮਿੱਟੀ ਦੀਆਂ ਪਾਈਆਂ ਹੁਣ ਪਾਈਆਂਗੇ ਤੁਸੀਂ ਇਹ ਹਿਸਾਬ ਲਓ ਕਿ ਜਿਹੜੇ ਅੰਦਰ ਖੂਹ ਨੇ ਉਹ ਅਸੀਂ ਕਿੱਦਾਂ ਬਣਾਉਣੇ ਆ ਬਾਲਿਆਂ ਦੀ ਛੱਤਾਂ ਅਸੀਂ ਕਿੱਦਾਂ ਬਣਾਉਣੇ ਆ ਫਿਰ ਕਹਿੰਦਾ ਬਾਲਿਆਂ ਨੇ ਪੈਸੇ ਸਾਡੇ ਉਹ ਖਾ ਗਏ ਅੱਛਾ ਪੈਸੇ ਦਿੱਤੇ ਹੀ ਨਹੀਂ ਆ ਉਹਦਾ ਤੁਹਾਨੂੰ ਪੱਕਾ ਕਨਫਰਮ ਹੈ ਵੀ ਉਹ ਆਏ ਇਹ ਹਾਂਜੀ ਸਾਡੇ ਕਿਉਂਕਿ ਬੀਤਾ ਸਰਕਾਰੀ ਆਇਆ ਸੀ ਸਾਡਾ ਫਾਰਮ ਭਰ ਦਿੱਤੇ ਆ ਸਾਨੂੰ ਤੂੰ ਆ ਬਾਲ ਇਹ ਪੱਕਾ ਸਾਡੀਆਂ ਟਿਕਣ ਵਾਲਾ ਹੈ ਦਿੱਤੇ ਆ ਜਾਂ ਨਹੀਂ ਦਿੱਤੇ ਇਹ ਆਂਦਾ ਤੁਹਾਡੇ ਪੈਸੇ ਨਹੀਂ ਆਏ ਅੱਛਾ ਹੁਣ ਕਈ ਕਹਿੰਦੇ ਆਏ ਆ ਹੁਣ ਛੱਤਾਂ ਜਿਹੜੀਆਂ ਨੀਵੀਆਂ ਹੋ ਗਈਆਂ ਜੇ ਤੇ ਅੰਦਰ ਖੂਹ ਹੋ ਗਏ ਬਾਹਰ ਨੋਟ ਵਾਲੀ ਮਿੱਟੀ ਦੀਆਂ ਪਾਈਆਂ ਸੀ ਉਹ ਕਿ ਤੁਸੀਂ ਕਮਰੇ ਵੇਖੋ ਹੁਣ ਆਈ ਗਰੀਬ ਬੰਦਾ ਕਿੱਧਰ ਜਾਊਗਾ ਇਹ ਹੱਲ ਹੋਣਾ ਚਾਹੀਦਾ ਵਾ ਜਿਹੜੀ ਆ ਜ਼ਮੀਨ ਇਹ ਪੰਚਾਇਤੀ ਜ਼ਮੀਨ ਹੈ ਇਹ ਪੰਚਾਇਤ ਦੀ ਜ਼ਮੀਨ ਆ ਕਿੱਲਾ ਜਿਹੜਾ ਪਿੰਡ ਦੇ ਵਿਚਾਲੇ ਵਿਚਾਏ ਆ ਮਤਲਬ ਸੈਂਟਰ 'ਚ ਹੈ ਸੈਂਟਰ ਦੇ ਵਿੱਚ ਆ ਜਿਹੜੀ ਇਹਦੀ ਕੀ ਨਾਮ ਹੈ ਇੱਥੇ ਦੁਕਾਨ ਵੀ ਕੋਈ ਕੱਟੀ ਜਾਵੇ ਤੇ 40-45 ਲੱਖ ਤੋਂ ਦੁਕਾਨ ਘੱਟ ਨਹੀਂ ਬਣਦੀ ਠੀਕ ਹੈ ਤੇ ਜਿਹਦੇ ਵਿੱਚ ਇਹ ਮਿੱਟੀ ਪਟਾ ਕੇ
मिट्टी खुरद बुरद करती है, ये नहीं पता भी बेचती है कितने लै गए, मतलब कोई पता नहीं कोई पता नहीं कितने लै गए, पर इथो लै गए चुके मिट्टी विकती भी है इथो बार भी ट्रालियां बेचदियां आन के मिट्टी ते, पर इथो की ना वा जिहड़ा कीमती पैली आ उहनू बर्बाद कर दिता, जिथे इथे कोई भी चीज बन सकती है पिंड दे विकास वास्ते, ते होर भी जिहड़े नजायज कब्जे आ जिहड़े पिंड दे विच होए आ बहुत थाई की ना वा कदे मरले का कदे दो मरलिया का कदे कनाल का भी पंचायत के मैंबर ने भी किए हाँ जी लै वल के मुड़ के गाड़ी वेची जाते ਕਿੰਨੀ ਗ੍ਰਾਂਟ ਆਈ ਸੀ ਸਟੇਡੀਅਮ ਵਾਸਤੇ 6 ਲੱਖ ਰੁਪਿਆ ਆਇਆ ਸੀ ਠੀਕ ਹੈ ਤੇ 6 ਲੱਖ ਦੇ ਵਿੱਚ ਸਿਰਫ ਉਹ ਗਿਣ ਲਓ ਤੁਸੀਂ 3 4 7 8 ਪਿਲਰ ਤੇ ਇੱਕ ਲੈਂਟਰ ਬੇਸਮੈਂਟ ਜਿਹੜਾ ਪਿਲਰ ਸਾਹਮਣੇ ਦਿਖ ਰਿਹਾ ਹੈਗਾ ਹਾਂ ਸਾਹਮਣੇ ਦਿਖਣ ਦਿਆ ਆਪਾਂ ਨੇੜੀ ਚੱਲਦੇ ਆ ਹਾਂਜੀ ਬੇਸਮੈਂਟ ਪਹਿਲਾਂ ਤਿਆਰ ਸੀਗਾ ਅੱਛਾ ਬੇਸਬੂ ਸਾਰਾ ਜਿਹੜਾ ਪੌੜੀਆਂ ਬਣੀਆਂ ਸਭ ਤਿਆਰੀ ਸਿਰਫ ਪਿਲਰ ਤੇ ਲੈਂਟਰ ਇਹੀ ਚੀਜ਼ ਬਣੀਆਂ ਇਹੋ ਬਣੀਆਂ ਤੇ ਇੱਧਰ ਆ ਜਾਓ ਬਣੀਆਂ ਠੀਕ ਹੈ ਇਹਦੇ ਵਿੱਚ ਕਾਲਬ ਕੀਤਾ ਸੀ ਇੱਟ ਕੋਈ 9500 9000 9500 ਇੱਟ ਰਾਉਂਡ ਫਿਗਰ ਅੱਛਾ 9-10 ਹਜ਼ਾਰ ਦੀ ਨੀਰ ਬੋਰਡ ਹੋਊਗੀ ਕਾਲਬ ਕੀਤਾ ਲੈਂਟਰ ਪਾਉਣ ਵਾਸਤੇ ਕੋਈ ਕੰਨਾ ਤਾਂ ਹੈ ਨਹੀਂ ਲੈਂਟਰ ਕਾਲਬ ਇੱਟਾਂ ਸਿਰ ਤੇ ਹੋਣਾ ਉਹ ਸਾਰੀ ਜਿਹੜੀ ਆ ਅਸ਼ਵਨੀ ਕੁਮਾਰ ਮਿੰਟੇ ਨੂੰ ਰਾਹ ਚੁਕਾਤੀ ਇਸ ਸੰਬੰਧੀ ਮੈਂ ਉਹ ਮੌਕੇ ਦੇ ਐਮ ਐਲ ਏ ਹੁੰਦੇ ਬਲਵਿੰਦਰ ਸਿੰਘ ਲਾਡੀ ਉਹਨਾਂ ਨੂੰ ਮੈਂ ਫੋਨ ਤੇ ਕੰਪਲੇਂਟ ਕੀਤੀ ਵੀ ਇੱਟ ਜਿਹੜੀ ਆ ਉਹ ਟਰਾਲੀਆਂ ਭਰ ਕੇ ਮਿੰਟੇ ਦੇ ਘਰ ਜਾ ਰਹੀਆਂ ਵਾ ਤੇ ਇਹ ਪੰਚਾਇਤੀ ਜਿਹੜੀ ਆ ਖਰਚਾ ਜਿਹੜਾ ਵਾ ਨਾ ਖਰਾਬ ਕਰੋ ਨਾ ਪੈਸੇ ਗ੍ਰਾਂਟ ਖਰਾਬ ਕਰੋ ਤੇ ਉਹੀ ਕਿਸੇ ਪਿੰਡ ਦਾ ਭਲਾ ਹੋ ਸਕੇ ਪਰ ਉਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਕੋਈ ਸੁਣਵਾਈ ਇੱਕ ਪਹਿਲੀ ਸੁਣਵਾਈ ਨਹੀਂ ਕੀਤੀ ਉਹਨਾਂ ਨੇ ਬੜੀ ਕੰਪਲੇਂਟ ਪਾਈ ਕਾਂਗਰਸ ਸਰਕਾਰ ਬਾਰੇ ਵੀ ਹੁਣ ਇੱਕੋ ਉਮੀਦ ਆ ਠੀਕ ਆ ਵੀ ਆਮ ਆਦਮੀ ਪਾਰਟੀ ਹੈਗੀ ਆ ਵੀ ਜੇ ਸਰਕਾਰ ਦਾ ਬੜਾ ਦਾਅਵਾ ਪਿੱਟਿਆ ਜਾਂਦਾ ਵੀ ਆਮ ਆਦਮੀ ਪਾਰਟੀ ਬੜੀ ਇਮਾਨਦਾਰ ਸਰਕਾਰ ਆ ਤੇ ਅੱਜ ਸਾਨੂੰ ਬੜੀ ਆਸ ਆ ਵੀ ਇਮਾਨਦਾਰ ਸਾਡੀ ਜਿਹੜੀ ਸਰਕਾਰ ਆ ਸਾਡੇ 'ਤੇ ਸੁਣਵਾਈ ਕਰੇ ਕੁਛ ਨਾ ਕੁਛ ਕਰੇ ਦੂਸਰੀ ਗੱਲ ਹੁਣ ਪਹਿਲਾਂ ਮੇਰੇ 'ਤੇ ਜਦੋਂ ਮੈਂ ਆਵਾਜ਼ ਚੁੱਕੀ ਸੀ ਉਦੋਂ ਮੇਰੇ 'ਤੇ ਪਰਚਾ ਕਰਤਾ ਗਿਆ ਹੁਣ ਵੀ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਇਹ ਗੱਲ ਨੋਟ 'ਚ ਲਿਆਤੀ ਜਾਵੇ ਆਵਾਜ਼ ਮੈਂ ਪਿੰਡ ਦੀ ਸੱਚ ਵਾਸਤੇ ਚੁੱਕੀ ਆ ਮੈਂਬਰ ਪੰਚਾਇਤ ਹੋਣ ਦਾ ਫਰਜ਼ ਨਿਭਾਇਆ ਮੈਂ ਠੀਕ ਆ ਵੀ ਪੰਚਾਇਤੀ ਜਿਹੜਾ ਵਾ ਗ੍ਰਾਂਟ ਜਿਹੜੀ ਖੁਦ ਬੁਰ ਨਾ ਹੋ ਸਕੇ ਹੁਣ ਵੀ ਮੈਨੂੰ ਇਹਨਾਂ ਦੇ ਐਲੀਗੇਸ਼ਨ ਵਿੱਚ ਡਰ ਆ ਵੀ ਇਹ ਤਾਂ ਮੇਰੇ 'ਤੇ ਕੋਈ ਝੂਠਾ ਪਰਚਾ ਕੋਈ ਨਜਾਇਜ਼ ਅਸ਼ਵਨੀ ਕੁਮਾਰ ਮਿੰਟਾ ਨਿੰਦਰਗੜ੍ਹ ਸਰਪੰਚ ਠੀਕ ਆ ਸਰਪੰਚ ਜਿਹੜਾ ਨਿੰਦਰ ਕੁਮਾਰ ਵਾ ਕੋਈ ਵੀ ਕਰ ਸਕਦਾ ਵੱਡੀ ਗੱਲ ਨਹੀਂ ਹੈ ਅਤੇ ਮੈਂ ਸਿਰਫ ਇੱਕ ਲੀਗਲੀ ਤੌਰ 'ਤੇ ਪ੍ਰੂਫ ਸਾਬਤ ਕਰਕੇ ਮੈਂ ਜਿਹੜੀ ਆ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਮੇਰੀ ਵੀ ਸੇਫਟੀ ਕੀਤੀ ਜਾਵੇ ਪਿੰਡ ਵੀ ਸਾਡਾ ਬਚਾਇਆ ਜਾਵੇ ਅਤੇ ਆਹ ਜਿਹੜਾ ਕੰਸਟਰਕਸ਼ਨ ਕੀਤੀ ਹੋਈ ਹੈ 3-3-6-3-9-2 11 ਪਿੱਲਰ ਨੇਗੇ ਅਤੇ ਬਾਕੀ ਇਹ ਕਿੰਨਾ ਹਾਂ ਬਸ ਇਹ ਲੈਂਟਰ ਹੈਗਾ ਥੱਲੇ ਬੇਸ ਪਹਿਲਾਂ ਤਿਆਰ ਸੀਗਾ ਠੀਕ ਹੈ ਮਤਲਬ ਇਹਦੇ ਉੱਤੇ 6 ਲੱਖ ਰੁਪਇਆ ਖਰਚਾ